अमृतपाल सिंह असली काम कर रहा है जदों असीं अमृत छकदे आ सीस गुरु नूं दिंदे आ अज कोई नवीं गल नहीं उहनूं होर ही पासे जोड़ी जांदे आ जी उह लोकां नूं कहिंदा तुहाडा तुसीं सिर देणा ਇਹ ਸਿਰ ਹੀ ਦਿੱਤਾ ਜਾਂਦਾ ਜਦੋਂ ਅੰਮ੍ਰਿਤ ਛਕਦੇ ਆ ਜਦੋਂ ਮੈਂ ਅੰਮ੍ਰਿਤ ਛਕਿਆ ਸੀ ਨਾ ਮੈਂ ਵੀ ਸਿਰ ਦਿੱਤਾ ਸੀ ਤੇ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਇਹ ਲਕਸ਼ਮੀ ਕਾਂਤਾ ਚਾਵਲਾਣਾ ਦੀ ਐਂਟਰੀ ਹੁੰਦੀ ਹੈ ਹਾਂਜੀ ਉਹ ਕਹਿੰਦੇ ਨੇ ਜੀ ਕਿ ਮੇਰੇ ਤਿੰਨ ਸਵਾਲ ਆ ਉਹ ਬਕਾਇਦਾ ਡਰਾਈਵਰ ਵਰਡ ਵੀ ਉਹਨਾਂ ਉੱਤੇ ਯੂਜ਼ ਕਰਦੇ ਨੇ ਉਹ ਕਹਿੰਦੇ ਮੇਰੀ ਗੱਲ ਦਾ ਜਵਾਬ ਦੇਵੇ ਨਹੀਂ ਤਾਂ ਚੁੱਪ ਕਰਕੇ ਵਾਪਸ ਦੁਬਈ ਚੱਲ ਜਾਓ ਹੂ ਇਜ਼ ਲਕਸ਼ਮੀ ਕਾਂਤਾ ਚਾਵਲਾ ਇਹ ਕਹਿਣ ਵਾਲੀ ਉਹ ਕੌਣ ਆ ਉਹ ਔਰਤ ਜਿਨੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਸ਼ਰੇਆਮ ਲੱਡੂ ਵੰਡੇ ਸੀ ਦਰਬਾਰ ਸਾਹਿਬ ਦੇ ਅੰਦਰ ਲੀਡਰ ਗਿਆ ਨਵਜੋਤ ਸਿੰਘ ਸਿੱਧੂ ਵੀ ਸੀ ਇਹ ਲਕਸ਼ਮੀ ਕਾਂਤਾ ਚਾਵਲਾ ਬਾਹਰ ਉਹਦੀ ਪਰਿਕਰਮਾ ਤੋਂ ਬਾਹਰ ਬਾਹਰ ਹੀ ਦਰਬਾਰ ਸਾਹਿਬ ਦੇ ਪ੍ਰਿੰਸਸ ਤੋਂ ਬਾਹਰ ਰਹੀ ਸੀ ਅੰਦਰ ਨਹੀਂ ਸੀ ਗਈ ਕਹਿੰਦੀ ਜੀ ਮੈਂ ਕਦੀ ਨਾ ਮੈਂ ਗਈ ਹਾਂ ਨਾ ਮੈਂ ਜਾਣਾ ਕਿ ਸਿੱਖ ਇੱਕ ਜਰੈਮ ਪੇਸ਼ਾ ਕਰਾਉਣ ਮੈਂ ਮੇਰੇ ਕੋਲ ਪਿਆ ਸਰਕੂਲਰ ਕਹਿੰਦੇ ਜੇ ਤੇ ਇਹ ਵਿਖਾ ਦਿੰਦਾ ਕਹਿੰਦੇ ਤੇ ਮੈਂ ਬੋਲ ਦਿੰਦਾ ਇਹ ਸਰਕੂਲਰ 10 ਅਕਤੂਬਰ 1947 ਦਾ ਹੈ ਜਿਹਦੇ 'ਚ ਇਹ ਕਿਹਾ ਜਾਂਦਾ ਆ ਕਿ ਸਿੱਖਾਂ ਨੂੰ ਗੋਲੀਆਂ ਮਾਰ ਕੇ ਵੀ ਮਾਰ ਦਿੱਤਾ ਜਾਵੇ ਸਰਕਾਰੀ ਪੱਧਰ 'ਤੇ ਵੀ ਮਾਰ ਦਿੱਤਾ ਜਾਵੇ ਅਤੇ ਕੋਈ ਕਾਨੂੰਨ ਦਾ ਫਿਕਰ ਕਰਨ ਦੀ ਲੋੜ ਨਹੀਂ ਹੈ ਨਹੀਂ ਪਰ ਮੇਰਾ ਇੱਕ ਸਵਾਲ ਤੁਸੀਂ ਗੱਲ ਕੀਤੀ 1984 ਤੱਕ ਖਾਲਿਸਤਾਨ ਦੀ ਮੰਗ ਨਹੀਂ ਹੋਈ ਨਹੀਂ ਹੋਈ ਜਹਿਦਾਰ ਸ੍ਰੀ ਕਾਰਤਿਕ ਸਾਹਿਬ ਨੇ ਉਹਨਾਂ ਨੂੰ ਵੱਖਰੇ ਕੌਮ ਦਾ ਖਿਤਾਬ ਦਿੱਤਾ ਅਕਾਲ ਤਖਤ ਸਾਹਿਬ ਤੇ ਬੈਠਾ ਜਥੇਦਾਰ ਸਾਹਿਬ ਉਹ ਸਰਵਉੱਚ ਨਹੀਂ ਅਕਾਲ ਤਖਤ ਸਾਹਿਬ ਸਰਵਉੱਚ ਹੈ ਬਿਲਕੁਲ ਅਕਾਲ ਤਖਤ ਸਾਹਿਬ ਤੇ ਬੈਠਾ ਹੋਇਆ ਜਥੇਦਾਰ ਉਹਨਾਂ ਦਾ ਮੁਲਾਜ਼ਮ ਹੈ ਤੁਸੀਂ ਕਦੀ ਉਹ ਕਠਪੁਤਲੀਆਂ ਦਾ ਡਰਾਮਾ ਜਿਹਾ ਵੇਖਿਆ ਨਾਚ ਉੱਪਰੋਂ ਉਹ ਤਾਰ ਜੀ ਬੰਨੀ ਹੁੰਦੀ ਹੈ ਥੱਲੇ ਕਠਪੁਤਲੀਆਂ ਨੱਚਦੀਆਂ ਵੇਖੀਆਂ ਜੀ ਬਿਲਕੁਲ ਤੁਸੀਂ ਕਹਿੰਦੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਨਾ ਆ ਉਹਨਾਂ ਨੂੰ ਆਹ ਕਰਨਾ ਜਲੀਲ ਕਰਨਾ ਅਤੇ ਅੱਜ ਤੱਕ ਹੌਸਲਾ ਰੱਖੋ ਸੁਣ ਦਾ ਅੱਜ ਤੱਕ ਜਲੀਲ ਕੀਤਾ ਜਾ ਰਿਹਾ ਉਹਦੇ ਪਰੋਲਾਂ ਦੇ ਆ ਕੇ ਬਾਹਰ ਤੇ ਕਈ ਬੰਦੀ ਸਿੰਘ ਹਾਂਜੀ ਸਿੰਘਾਂ ਦਾ ਜਿਹੜੇ ਸਜਾਵਾਂ ਭੁਗ ਚੁੱਕੇ ਡਬਲ ਡਬਲ ਉਹਨਾਂ ਦਾ ਕੋਈ ਰਾਈਟ ਨਹੀਂ ਜਿਹੜੇ ਤੁਹਾਡੇ ਕਾਨੂੰਨ ਦੀਆਂ ਸਜਾਵਾਂ ਭੁਗ ਚੁੱਕੇ ਨੇ ਬੰਦੀ ਸਿੰਘ ਉਹਨਾਂ ਦਾ ਕੋਈ ਰਾਈਟ ਨਹੀਂ ਗਾ ਫਿਰ ਇਹੋ ਹੀ ਤਾਂ ਅਸੀਂ ਰੋਂਦੇ ਹਾਂ ਵੀ ਰਾਈਟ ਸਿੱਖਾਂ ਦਾ ਕੋਈ ਰਾਈਟ ਨਹੀਂ ਬਾਕੀ ਸਾਰਿਆਂ ਦਾ ਰਾਈਟ ਹੈਗਾ ਸਿਰਫ ਸਿੱਖ ਦਾ ਰਾਈਟ ਨਹੀਂ ਹੈਗਾ ਇੱਥੇ ਅਸੀਂ ਗੁਲਾਮ ਹਾਂ ਠੋਕ ਵਜਾ ਕੇ ਮੈਂ ਕਹਿੰਦਾ ਅਸੀਂ ਗੁਲਾਮ ਹਾਂ ਤੁਸੀਂ ਦੱਸ ਸਕਦੇ ਹੋ ਦੱਸ ਦਿਓ ਵੀ ਤੁਸੀਂ ਇਸ ਤਰ੍ਹਾਂ ਗੁਲਾਮ ਨਹੀਂ ਹੈਗੇ ਅੰਮ੍ਰਿਤਪਾਲ ਸਿੰਘ ਵੀ ਪੰਜਾਬ ਦੀ ਨੌਜਵਾਨੀ ਜਿਹੜੀ ਨਸ਼ਿਆਂ 'ਚ ਮਰ ਰਹੀ ਸੀ ਰੋਜ਼ ਮਰਦੇ ਸੀ ਉਹਨਾਂ ਨੂੰ ਬਚਾ ਕੇ ਅਤੇ ਚੰਗੇ ਜੀਵਨ ਵਾਲੇ ਪਾਸੇ ਜੋੜ ਰਿਹਾ ਹੈ ਗੁਰੂ ਵਾਲੇ ਪਾਸੇ ਜੋੜ ਰਿਹਾ ਹੈ ਅੰਮ੍ਰਿਤਧਾਰੀ ਬਣਾ ਰਿਹਾ ਕੰਮ ਦੇ ਵਾਕਈ ਬੜਾ ਮਾੜਾ ਕਰ ਰਿਹਾ ਉਹਨੂੰ ਨਹੀਂ ਕਰਨਾ ਚਾਹੀਦਾ ਹੈ ਏਜੰਸੀਆਂ ਦਾ ਬੰਦਾ ਹਾਂਜੀ ਹਾਂ ਏਜੰਸੀਆਂ ਦਾ ਬੰਦਾ ਨਾ ਇਹਨਾਂ ਏਜੰਸੀਆਂ ਨੂੰ ਚਾਹੀਦਾ 5-7 ਬੰਦੇ ਹੋਰ ਇਹੋ ਜਿਹੇ ਦੇਣ ਪੰਜਾਬ ਨੂੰ ਚਲੋ ਪੰਜਾਬ ਸੁਧਰ ਜਾਵੇ ਉਦੋਂ ਸੰਤਾਂ ਨੇ ਕਿਹਾ ਸੀ ਫੌਜ ਅਗਰ ਦਰਬਾਰ ਸਾਹਿਬ 'ਤੇ ਚੜ੍ਹ ਕੇ ਆਵੇਗੀ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ ਉਹ ਜਿਹੜੀ ਨੀਂਹ ਰੱਖੀ ਗਈ ਆ ਨਾ ਉਹ ਰੱਖੀ ਗਈ ਆ ਉਹ ਗੱਲ ਸਾਧ ਬਚਨ ਅਟਲਾਦਾ ਉਹ ਪੂਰਾ ਹੋਣਾ ਕਿਸੇ ਤਰ੍ਹਾਂ ਵੀ ਹੋ ਜਾਵੇ ਤੇ ਉਹਦੇ ਲਈ ਸਿੱਖ ਦੋਸ਼ੀ ਨਹੀਂ ਗਏ ਪਰ ਸਿੱਖਾਂ ਨੇ ਭਰੋਸਾ ਕੀਤਾ ਫਿਰ ਸਿੱਖਾਂ ਨੇ ਇਤਬਾਰ ਕੀਤਾ ਸਿੱਖਾਂ ਨਾਲ ਗਦਾਰੀ ਹੋਈ ਬੜੀਆਂ ਗੱਲਾਂ ਦੀ ਹੋਈ ਪਰ ਪਾਣੀ ਗੈਰ ਕਾਨੂੰਨੀ ਤੌਰ ਤੇ ਖੋਹ ਕੇ ਲੈ ਗਏ ਭਾਸ਼ਾ ਦੇ ਆਧਾਰ ਤੇ ਵੰਡ ਹੋਣੀ ਸੀ ਸਾਰੇ ਦੇਸ਼ ਦੀ ਹੋਈ ਪਰ ਪੰਜਾਬ ਨੂੰ 10 ਸਾਲ ਮੋਰਚਾ ਲਾਉਣਾ ਪਿਆ ਰਾਜਧਾਨੀਆਂ ਸਾਰੇ ਸੂਬਿਆਂ ਕੋਲ ਹੈਗੀਆਂ ਪੰਜਾਬ ਦੀ ਕੋਈ ਰਾਜਧਾਨੀ ਨਹੀਂ ਉਹ ਵੀ ਜਿਹੜੀ ਹੈਗੀ ਉਹ ਵੀ ਖੋਲੀ ਬੜੀਆਂ ਇੱਕ ਵਿਤਕਰਾ ਨਹੀਂ BBMB ਸਭ ਕੁਝ ਕਹਿੰਦੇ ਸੂਬਾ ਵੈਸੇ ਭਾਰਤ ਦਾ ਹੈ ਪੰਜਾਬ ਦੀ ਸਿਆਸਤ 'ਚ ਅੱਜ ਕੱਲ੍ਹ ਇੱਕ ਨਵਾਂ ਨਾਮ ਗੂੰਜ ਰਿਹਾ ਹੈ ਅੰਮ੍ਰਿਤਪਾਲ ਸਿੰਘ ਬਹੁਤ ਸਾਰੇ ਬਿਆਨ ਆਉਂਦੇ ਨੇ ਸਿਆਸਤ ਵੀ ਗਰਮਾਉਂਦੀ ਹੈ ਪਰ ਅੰਮ੍ਰਿਤਪਾਲ ਸਿੰਘ ਦੀ ਮੰਸ਼ਾ ਕੀ ਹੈ ਕਿਸ ਤਰੀਕੇ ਦੇ ਨਾਲ ਗੱਲ ਕਰ ਰਹੇ ਨੇ ਕਿਉਂਕਿ ਉਹ ਧਰਮ ਦੀ ਗੱਲ ਕਰ ਰਹੇ ਨੇ ਤਾਂ ਧਰਮ ਦੇ ਮਸਲੇ 'ਚ ਅੱਜ ਅਸੀਂ ਗੱਲਬਾਤ ਕਰਾਂਗੇ ਸਰਦਾਰ ਉਪਕਾਰ ਸਿੰਘ ਸੰਧੂ ਹੋਣਾਂ ਨਾਲ ਜੋ ਕਿ ਇੱਕ ਟਕਸਾਲੀ ਆਗੂ ਨੇ ਤਾਂ ਇੱਕ ਸ਼ਹੀਦ ਪਰਿਵਾਰ ਤੋਂ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਅਕਾਲੀ ਦਲ 'ਤੇ ਵੀ ਚਰਚਾ ਕਰਾਂਗੇ ਕਿਉਂਕਿ ਇੱਕ ਬਿਆਨ ਆਇਆ ਸੀ ਅਸਲੀ ਅਤੇ ਨਕਲੀ ਦਾ ਤਾਂ 1984 ਦਾ ਕੀ ਦੌਰ ਸੀ ਅਤੇ ਸਾਡੇ ਨਾਲ ਉਪਕਾਰ ਸਿੰਘ ਸੰਧੂ ਸਾਹਿਬ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਧੂ ਸਾਹਿਬ ਕੀ ਕਹਿਣਾ ਚਾਹੋਗੇ ਕਿ ਸਭ ਤੋਂ ਪਹਿਲਾਂ ਤਾਂ ਅੰਮ੍ਰਿਤਪਾਲ ਦੀ ਸੋਚ ਕਿਉਂਕਿ ਤੁਸੀਂ ਵੀ ਉਹਨਾਂ ਨੂੰ ਮਿਲ ਕੇ ਆਏ ਜੇ ਹਾਂਜੀ ਬਿਲਕੁਲ ਤੁਸੀਂ ਵੀ ਉਹਨਾਂ ਦੇ ਹੱਕ 'ਚ ਨਿਤਰੇ ਜੇ ਕਿਵੇਂ ਦੇਖਦੇ ਹੋ ਸਰਦਾਰ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਇੱਕ ਬਹੁਤ ਵਧੀਆ ਉਪਰਾਲਾ ਕਰ ਰਿਹਾ ਉਹ ਉਪਰਾਲਾ
जिहदी जिम्मेवारी जिहदी ड्यूटी साडी पंथक नुमाइंदगी वाली जमात श्रोमणी अकाली दल की बनती सी, जिहदे कोल श्रोमणी कमेटी भी आ, अकाल तख्त साहब भी आ, जिहड़ियां सेवावां उन्होंने निभाउणियां सन वह सेवावां अज अमृतपाल सिंह हुणी निभा रहे ने, क्योंकि साडा पुराना जिहड़ा सिखी का विरसा सिख इतिहास अमीर वो कल्चर जिहड़ा है वह पिछले 30 सालों तो बिल्कुल ही आपां उहदे तों पासा वट लिया सी। तो असी इतों तक सीमित हो गए, गुरद्वारा साहब जाना, मत्था टेकना, लंगर लाना, कीर्तन दरबार कर ले, वो सब कुछ दे विचों राजनीतिक जां कारोबारी फायदा किन्ना क निकलता है, जां ये आ के जिवें उह दावा कीता जांदा है वी सीमेंट ला ले, इट्टां लातियां, यादगारां बणातियां, फलान करतियां, जो असल साडा निशाना सी, जो गुरु नानक देव पातशाह ने सानूं दित्ता सी, जिहड़ा हुण जिवें आम गल बड़ी इह प्रचलित होई है जी तत्तियां गल्लां करदा। अकबर दे वेले गुरु नानक देव पातशाह जद दा आगमन जदों हुंदा है ते सॉरी बाबर दे वेले ते उन्होंने बाबर नूं जाबर जदों कहा सी ते राजे शीं मुकदम कुत्ते कहा सी ते उस वेले जिन्ना जिहड़े समाज दे हड्डां च गुलामी समाज चुकी सी जिहड़े उहदे विच एडजस्ट हो चुके सन उस वेले उन्हां नूं वी इह गल्लां बड़ियां तत्तियां लगियां होणगियां। फिर गुरु अंगद देव पातशाह ने बकायदा अखाड़े बनाए, कुश्तियाँ करवाउंदे सी, कारण की है कि जे तुहाडा शरीर ताकतवर आ तुहाडा मन भी ताकतवर आ। फिर उस तों बाद छेवें पातशाह ने मतलब जदों भी तुहाडे ते तुहानूं कोई गुलामी का अहसास कराया जाता रहा, छेवें पातशाह ने मतलब वो समा सी उस वेले कि जदों कोई पग नहीं सी बन सकता, मान लो किसी हिंदू भैन भरा ने, क्योंकि उस वेले अजे सिखी का खालसे वाली गल तो शुरू हो ही नहीं सी, मान लो उन्हें करना कोई विआह शादी करनी आ तो बकायदा हुकूमत कोलों तरला कढ के वो परमिशन ली जाती सी एक रात पग बन्नण दे लई कि मेरे बेटे की शादी है मैं पग बन लवा। उस समय दे विच छेवें पातशाह ने नगारे की चोट ते मीरी ते पीरी का सिद्धांत शुरू किया, उदों ही उन्हों का सिस्टम तत्ता लगा होगा। पर अज अज तो राजनीतिक पार्टियों तत्ता लग रहा ना, मैं वो गल उत्थे ही लियाउण लगा सा भी उत्थों तत्ता लगा तो जिवें दसम पातशाह दे वेले जदों दसम पातशाह ने सीस मंगे सन सिर मंगे सन तो जिहड़े मसंद खीरां खा खा के जिवें होण वाले खीरां खाने हो गया ना उस वेले भी दसदा उस वेले भी गुरु रामदास पातशाह ने जिहड़ी मसंद चलाई सी संस्था जिहड़े एक बहुत वधिया काम करन वाले सी उहनां च निघार अज दे लीडरां वांगू आ चुका सी। और जदों दसम पातशाह ने सीस मंगिया सी ते माता गुजरी जी कोल गए सन कि इह ते की गलत काम करी जांदे ने ते आपां मतलब बहुत गर्मी वाला काम कर रहे हैं ते बाबा अजीत सिंह जी नूं गद्दी दवाओ, मतलब उन्हां नूं भी गल्लां तत्तियां लगियां सी उह जिहड़े खीर खाणे सी। पर सवाल हुण अज दी गल असीं गल करीए उही कर लगा अज जिहड़ी सियासतदान है सरदार बिक्रम सिंह मजीठिया वल्लों कहा गया कि उह नकली ने, असली संत सी तो संत का मुकाबला कोई नहीं कर सकता तो संतां दी रीस करनी है नकली ने। एक तो मैं पिछली जानकारी इस करके दित्ती आ इतिहास तो जो नाल अमृतपाल सिंह दी अज दी गल जोड़नी सी कि बिल्कुल उन्हां लीयां ते चल रहा है यह संत जरनैल सिंह भिंडरावाले इन्हां नूं कदों कदों असली लगन लग पे आ 1984 तक तो यह भी नकली सन इन्हां दे लई, चलो साढ़े लई संत महापुरश सब कुछ सिख कौम दे लई अमर दे मुजाहिद ने। ते अमृतपाल सिंह अज क्योंकि हुण इहनां दी आ वोट की गिणती की राजनीति, पंथक वोट इहनां कोलों खिसक चुकी आ, राम रहीम फलान ढींग सारा कुछ दे विच, ते इह हुण गिणतियां मिणतियां दूसरी वोट किहड़ी असीं अपने नाल जोड़ सकदे हां, ते इह सिक्खी विरसे वाली गल बिल्कुल ही भुल चुके हैं सिक्खी सिधांत। नहीं मेरा सवाल असली नकली का वर्ड जिहड़ा बकायदा तौर पर यूज़ किया गया उन्हां वल्लों। हाँ जी मैं असली नकली तो मैं तो दसन दिया भी वह संत जरनैल सिंह भिंडरां वाले इन्हां नूं असली कदों को पता लगा भी वह असली है तो उस तरह ही अमृतपाल सिंह नकली वाली कि गल कर रहा, अमृतपाल सिंह अमृत छकाउंदा है गुरु वाले बनाउंदा है जिवें पिछे अपने जोड़िया जांदा सी गुरु दे नाल बाणी बाणे वाले कीता जांदा सी, जिवें अज नशियां दे विच साडी जवानी गुलतान हो रही है ते एक ओ अपराला जेड़ा इन्हां दा करना बनदा सी ओ अमृतपाल सिंह कर रहा है ते ओ नकली किस तरह हो गया, पर किस गल चो नकली है? ये काम ते श्रोमणी गुरुद्वारा प्रबंधक कमेटी दा नहीं सी क्योंकि श्रोमणी ते फिर नकली ए होए ना, ओ असली आ ये नकली ने, जेड़े नकली ने ओ अपने आप नूं असली किवें कहंदे, अमृतपाल सिंह ते असली काम कर रहा है, जदों असीं अमृत छकदे आ सीस गुरु नूं दिंदे आ अज कोई नवीं गल नहीं उहनूं होर ही पासे जोड़ी जांदे आ जी ओ लोकां नूं कहिंदा तुहाडा तुसीं सिर देणा
ਇਹ ਸਿਰ ਹੀ ਦਿੱਤਾ ਜਾਂਦਾ ਜਦੋਂ ਅੰਮ੍ਰਿਤ ਛਕਦੇ ਹਾਂ। ਜਦੋਂ ਮੈਂ ਅੰਮ੍ਰਿਤ ਛਕਿਆ ਸੀ ਨਾ, ਮੈਂ ਵੀ ਸਿਰ ਦਿੱਤਾ ਸੀ ਅਤੇ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ। ਇਹ ਜਿਹੜੇ ਤੋੜ ਮਰੋੜ ਕੇ ਉਹਨੂੰ ਪੇਸ਼ ਕਰਦੇ ਉਹਨਾਂ ਲਈ ਇਹ ਗੱਲ ਨਵੀਂ ਲੱਗਦੀ, ਜਾਂ ਉਹ ਜਾਣ ਬੁੱਝ ਕੇ ਇਹ ਗੱਲ ਕਰਦੇ ਆ। ਮੇਰਾ ਮਤਲਬ ਇਹ ਨਕਲੀ ਅਤੇ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ ਉਹ ਆਪਣੀ ਜ਼ਿੰਮੇਵਾਰੀ ਤੋਂ ਪਾਸੇ ਹੋਏ, ਅਤੇ ਜਿਹੜਾ ਅਸਲੀ ਤੌਰ 'ਤੇ ਜ਼ਿੰਮੇਵਾਰੀ ਨਿਭਾ ਰਿਹਾ ਆ ਉਹ ਨਕਲੀ ਕਿਵੇਂ ਹੋ ਗਿਆ? ਪਰ ਰਾਜਨੀਤਿਕ ਪਾਰਟੀਆਂ ਬਹੁਤ ਵਿਰੋਧ ਕਰਦੀਆਂ ਨੇ ਉਹਨਾਂ ਦਾ। ਸਿੱਧੇ ਤੌਰ 'ਤੇ ਅਗਰ ਕਾਂਗਰਸ ਦਾ ਨਾਂ ਲਈਏ, ਅੱਜ ਵੀ ਰਾਜਾ ਵਰਿੰਗਣਾ ਵੱਲੋਂ ਪੋਸਟ ਪਾਈ ਗਈ ਕਿ ਹਥਿਆਰਾਂ ਦੇ ਨਾਲ ਤਸਵੀਰ ਉਹਨਾਂ ਦੀ ਸਾਂਝੀ ਕੀਤੀ, ਉਹਨਾਂ ਨੇ ਕਿਹਾ ਕਿ ਪੰਜਾਬ ਨੂੰ 1980 ਦੇ ਦੌਰ 'ਚ ਨਾ ਲੈ ਕੇ ਜਾਓ, ਅੱਗ 'ਚ ਨਾ ਪਾਓ। ਹਥਿਆਰ ਸਾਡਾ ਵਿਰਸਾ, ਅਤੇ ਵੈਸੇ ਇਹ ਹੀ ਦੱਸ ਦਿਓ ਵੀ ਕਿਹੜੇ ਪੈਗੰਬਰ ਨੇ, ਕਿਸੇ ਵੀ ਮਜ਼ਹਬ ਦੇ ਕਿਹੜੇ ਪੈਗੰਬਰ ਕੋਲ ਹਥਿਆਰ ਨਹੀਂ ਸੀ ਹੈਗਾ? ਆਪਣੇ ਰਾਮਚੰਦਰ ਜੀ ਤ੍ਰਿਸ਼ੂਲ ਰੱਖਦੇ ਸੀ, ਭਗਵਾਨ ਕ੍ਰਿਸ਼ਨ ਜੀ ਕੋਲ ਸੁਦਰਸ਼ਨ ਚੱਕਰ ਸੀ, ਸ਼ਿਵਜੀ ਦੇ ਕੋਲ ਵੀ ਤ੍ਰਿਸ਼ੂਲ ਆ ਸ਼ਾਇਦ, ਕੀ ਹੈ ਜੋ ਵੀ ਉਹਨਾਂ ਦੇ ਹੱਥ 'ਚ ਆ। ਅਤੇ ਮਤਲਬ ਏਕ ਤਾਂ ਸਾਡੇ ਤਾਂ ਛੇਵੇਂ ਪਾਤਸ਼ਾਹ ਨੇ ਜਦੋਂ ਮੀਰੀ ਪੀਰ ਦਾ ਸਿਧਾਂਤ ਦਿੱਤਾ ਆ ਅਤੇ ਬਕਾਇਦਾ ਹਥਿਆਰ ਮੰਗੇ ਘੋੜੇ ਸੰਗਤਾਂ ਨੂੰ ਲਿਆਉਣ ਲਈ ਕਿਹਾ ਅਕਾਲ ਤਖ਼ਤ ਸਾਹਿਬ 'ਤੇ, ਦਸਮ ਪਾਤਸ਼ਾਹ ਨੇ ਇਹਨਾਂ ਨੂੰ ਪੀਰ ਕਿਹਾ। ਅਤੇ ਮਤਲਬ ਇਹ ਕਿਹੜੀ ਨਵੀਂ ਗੱਲ ਅੱਜ ਅੰਮ੍ਰਿਤਪਾਲ ਸਿੰਘ ਕਰ ਰਿਹਾ ਕਿ ਜਿਹੜੀ ਪਹਿਲਾਂ ਨਹੀਂ ਹੈਗੀ? ਹਥਿਆਰਬੰਦ ਹੋਣਾ ਆਪਣੇ ਡਿਫੈਂਸ ਦੇ ਲਈ, ਆਪਣੇ ਆਪ ਨੂੰ ਬਚਾਉਣ ਲਈ। ਅੱਗੇ ਅਸੀਂ ਵੇਖਿਆ ਹੀ ਅੱਜ ਕਾਂਡ ਹੋਇਆ 1984 ਦਾ ਨਵੰਬਰ ਦੇ ਵਿੱਚ ਦਿੱਲੀ ਦੇ ਵਿੱਚ ਹੋਇਆ, ਕੇਵਲ ਅਤੇ ਕੇਵਲ ਉਹ ਬਚ ਸਕਿਆ ਜਿਹਦੇ ਕੋਲ ਆਪਣਾ ਹਥਿਆਰ ਹੈਗਾ ਸੀ, ਉੱਧਰ ਕਿਸੇ ਨੇ ਮੂੰਹ ਨਹੀਂ ਸੀ ਕੀਤਾ। ਇਹ ਕਿਹੜੀ ਮਾੜੀ ਗੱਲ ਹੈ ਜੀ? ਪਰ ਇੱਕ ਹੋਰ ਗੱਲ ਸਾਹਮਣੇ ਆ ਰਹੀ ਹੈ, ਲਕਸ਼ਮੀ ਕਾਂਤ ਚਾਵਲਾਣਾ ਦੀ ਐਂਟਰੀ ਹੁੰਦੀ ਹੈ। ਹਾਂਜੀ, ਉਹ ਕਹਿੰਦੇ ਨੇ ਜੀ ਕਿ ਮੇਰੇ 3 ਸਵਾਲ ਆ, ਉਹ ਬਕਾਇਦਾ ਡਰਾਈਵਰ ਵਰਡ ਵੀ ਉਹਨਾਂ ਉੱਤੇ ਯੂਜ਼ ਕਰਦੇ ਨੇ, ਉਹ ਕਹਿੰਦੇ ਮੇਰੀ ਗੱਲ ਦਾ ਜਵਾਬ ਦੇਵੇ ਨਹੀਂ ਤਾਂ ਚੁੱਪ ਕਰਕੇ ਵਾਪਸ ਦੁਬਈ ਚੱਲ ਜਾਵੇ। ਹੂ ਇਜ਼ ਲਕਸ਼ਮੀ ਕਾਂਤਾ ਚਾਵਲਾ? ਇਹ ਕਹਿਣ ਵਾਲੀ ਉਹ ਕੌਣ ਆ? ਉਹ ਔਰਤ ਜਿਹਨੇ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਸੀ, ਸ਼ਰੇਆਮ ਲੱਡੂ ਵੰਡੇ ਸੀ, ਮਤਲਬ ਇੰਨੀ ਕੁ ਫਿਰਕਾ ਪ੍ਰਸਤ ਔਰਤ ਆ ਉਹ, ਮੈਂ ਪਹਿਲੇ ਨੰਬਰ ਦੀ। ਗਾਂਧੀ ਗਰਾਊਂਡ 'ਚ ਤੁਹਾਨੂੰ ਯਾਦ ਹੋਏਗਾ, ਗਾਂਧੀ ਗਰਾਊਂਡ 'ਚ ਪ੍ਰੋਗਰਾਮ ਇੱਕ ਹੋਇਆ ਸੀ, ਦੇਹ ਸ਼ਿਵਾ ਬਰ ਮੋਹੇ, ਇਹ ਸ਼ਬਦ ਬੋਲਿਆ ਗਿਆ ਸੀ। ਇਕੱਲੀ ਲਕਸ਼ਮੀ ਕਾਂਤਾ ਚਾਵਲਾ ਉੱਠੀ ਨਹੀਂ ਸੀ, ਬਾਕੀ ਸਾਰੇ ਉੱਠ ਕੇ ਖੜ੍ਹੇ ਸੀ, ਜਦੋਂ ਕਿ ਇਹ ਪਰਮਾਤਮਾ ਦੀ ਉਸਤਤ ਆ, ਦੇਹ ਸ਼ਿਵਾ ਬਰ ਮੋਹੇ, ਕਿਸੇ ਇੱਕ ਫਿਰਕੇ ਦਾ ਨਹੀਂ ਸੀ। ਫਿਰ ਕੀ ਆ ਕਿ ਜਦੋਂ ਆਇਆ ਸੀ ਕੈਨੇਡਾ ਦਾ ਸ਼ਾਇਦ ਪ੍ਰਾਈਮ ਮਿਨਿਸਟਰ ਆਇਆ ਸੀ, ਦਰਬਾਰ ਸਾਹਿਬ ਦੇ ਅੰਦਰ ਲੀਡਰ ਗਿਆ, ਨਵਜੋਤ ਸਿੰਘ ਸਿੱਧੂ ਵੀ ਸੀ। ਇਹ ਲਕਸ਼ਮੀ ਕਾਂਤਾ ਚਾਵਲਾ ਬਾਹਰ ਉਹਦੀ ਪਰਿਕਰਮਾ ਤੋਂ ਬਾਹਰ ਬਾਹਰ ਹੀ ਦਰਬਾਰ ਸਾਹਿਬ ਦੇ ਪ੍ਰਿੰਸਿਸ ਤੋਂ ਬਾਹਰ ਰਹੀ ਸੀ, ਅੰਦਰ ਨਹੀਂ ਸੀ ਗਈ। ਕਹਿੰਦੀ ਜੀ ਮੈਂ ਕਦੀ ਨਾ ਮੈਂ ਗਈ ਹਾਂ ਨਾ ਮੈਂ ਜਾਣਾ। ਕੋਈ ਵੀ ਰਾਜਨੀਤਿਕ ਲੀਡਰ ਵੱਡੇ ਤੋਂ ਵੱਡਾ ਜਾਂ ਆਉਂਦਾ ਆ ਅਤੇ ਉਹ ਜਦੋਂ ਇੱਥੇ ਆਉਂਦਾ ਅਤੇ ਭਾਈਚਾਰਕ ਸਾਂਝ ਨੂੰ ਮੁੱਖ ਰੱਖਦੇ ਆ, ਦਰਬਾਰ ਸਾਹਿਬ ਵੀ ਜਾਂਦਾ, ਦੁਰਗਿਆਨਾ ਮੰਦਿਰ ਵੀ ਜਾਂਦਾ, ਵਾਲਮੀਕ ਮੰਦਿਰ ਵੀ ਜਾਂਦਾ, ਰਾਮ ਤੀਰਥ। ਕੇਵਲ ਅਤੇ ਕੇਵਲ ਲਕਸ਼ਮੀ ਚਾਂਤਾ ਕਾਂਤਾ ਚਾਵਲਾ ਆ ਜਿਹੜੇ ਜ਼ਹਿਰ ਉਗਲਦੀ ਆ, ਜਿਹੜੀ ਫਿਰਕਾ ਪ੍ਰਸਤੀ ਨੂੰ ਬੜਾਵਾ ਦਿੰਦੀ ਆ, ਅਤੇ ਉਹ ਆਪ ਸੋਚੇ ਵੀ ਉਹਨੇ ਕਿੱਥੇ ਜਾਣਾ। ਔਰ ਇਹ ਦੂਜੀ ਗੱਲ ਇਹ ਆ ਕਿ ਮਤਲਬ ਇੱਥੇ ਹੁੰਦਿਆਂ ਇੱਥੋਂ ਦੀ ਹੋ ਕੇ ਹਿੰਦੀ ਵਿੱਚ ਗੱਲ ਕਰਦੀ ਹਮੇਸ਼ਾ, ਅੱਗੋਂ ਪਿੱਛੋਂ ਜਨਰਲ ਟਾਕ ਸਾਡੇ ਨਾਲ ਹੁੰਦੀ ਉਦੋਂ ਪੰਜਾਬੀ 'ਚ ਕਰਦੀ ਹੈ, ਜਦੋਂ ਕੋਈ ਇੰਟਰਵਿਊ ਜਾਂ ਹੋਰ ਹੁੰਦੀ ਹੈ ਉਦੋਂ ਆਪਾਂ ਹਿੰਦੀ 'ਚ ਕਰਦੇ ਹਾਂ। ਸ਼ਾਇਦ ਉਹਦੇ ਕਹਿਦ ਆ, ਅਤੇ ਨਾ ਹੀ ਉਦੋਂ ਕੋਈ ਉਹਦਾ ਅਥਾਰਟੀ ਆ ਉਹ, ਨਾ ਉਹਦੇ ਕੋਲ ਕੋਈ ਅਧਿਕਾਰ ਆ ਕਿਸੇ ਨੂੰ ਗੱਲ ਕਰਨ ਦਾ, ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰੇ। ਪਰ ਇਸ ਤਰ੍ਹਾਂ ਦੇ ਬਿਆਨ ਕਿਉਂ ਆਉਂਦੇ ਨੇ, ਇਸ ਤਰ੍ਹਾਂ ਦੇ ਕਿਸੇ ਧਰਮ ਬਾਰੇ ਜਾਂ ਕਿਸੇ ਵਿਅਕਤੀ ਬਾਰੇ ਵਿਸ਼ੇਸ਼ ਬਿਆਨ ਕਿਉਂ ਆਉਂਦੇ ਨੇ? ਨਹੀਂ, ਤੁਸੀਂ ਇਹ ਸਵਾਲ ਤਾਂ ਉਹਨਾਂ ਨੂੰ ਕਰੋ ਕਿ ਤੁਸੀਂ ਬਿਆਨ ਕਿਉਂ ਦਿੰਦੇ ਜੇ, ਤੁਸੀਂ ਮੈਨੂੰ ਉਹ ਸਵਾਲ ਕਰੋ ਕਿ ਸਿੱਖ ਕਮਿਊਨਿਟੀ ਨਾਲ ਸੰਬੰਧਿਤ ਜਾਂ ਅੰਮ੍ਰਿਤ ਸੰਚਾਰ ਜਾਂ ਸਿੱਖੀ ਦੀ ਗੱਲ ਕਰਨ ਵਾਲਾ ਫਲਾਣਾ ਬੰਦਾ ਇਹ ਜਵਾਬ ਕਿਉਂ ਦਿੰਦਾ, ਮੈਂ ਉਹਦਾ ਜਵਾਬ ਦੇਵਾਂਗਾ। ਅਕਾਲੀ ਦਲ ਨੂੰ ਕਿੱਦਾਂ, ਤੁਹਾਡੇ ਸਾਹਮਣੇ ਸ਼ਿਵ ਸੈਨਿਕ ਨੇ, ਅਕਾਲੀ ਦਲ, ਮੇਰਾ ਸਵਾਲ ਅਕਾਲੀ ਦਲ ਨੂੰ ਕਿਵੇਂ ਵੇਖਦੇ? ਹਾਂਜੀ, ਕਿਵੇਂ? ਅਕਾਲੀ ਦਲ ਇੱਕ ਧਾਰਮਿਕ ਪੰਥਕ ਜਮਾਤ ਆ। ਉਹ ਤਾਂ ਮੈਂ ਕਿੰਨੀ ਵਾਰੀ ਮੈਂ ਪਹਿਲਾਂ ਇੰਟਰਵਿਊ 'ਚ ਕਿਹਾ ਸੀ, ਅੱਜ ਵੀ ਕਹਿ ਚੁੱਕਾ ਵੀ ਤੁਸੀਂ ਧਾਰਮਿਕ ਪੰਥਕ ਜਮਾਤ ਕਹਿੰਦੇ ਜੇ ਨਾ। ਨਹੀਂ, ਉਹ ਅਕਾਲੀ ਦਲ ਕਿਉਂਕਿ ਜਹਿਦਾਰ ਸ੍ਰੀ ਕਾਰਤਿਕ ਸਾਹਿਬ ਨੇ ਉਹਨਾਂ ਨੂੰ ਫਕਰੇ ਕੌਮ ਦਾ ਖਿਤਾਬ ਦਿੱਤਾ। ਹਾਂਜੀ, ਅਕਾਲ ਤਖ਼ਤ ਸਾਹਿਬ ਤੇ ਬੈਠਾ ਜਥੇਦਾਰ ਸਾਹਿਬ, ਉਹ ਸਰਵਉੱਚ ਨਹੀਂ? ਅਕਾਲ ਤਖ਼ਤ ਸਾਹਿਬ ਸਰਵਉੱਚ ਆ, ਬਿਲਕੁਲ। ਅਕਾਲ ਤਖ਼ਤ ਸਾਹਿਬ ਤੇ ਬੈਠਾ ਹੋਇਆ ਜਥੇਦਾਰ ਉਹਨਾਂ ਦਾ ਮੁਲਾਜ਼ਮ ਹੈ, ਬਿਲਕੁਲ। ਪਰ ਇੱਕ ਫਕਰੇ ਸੁਣੋ ਨਾ, ਫਿਰ ਜਵਾਬ ਤੇ ਲੈ ਲਓ, ਜਵਾਬ ਅਕਾਲ ਤਖ਼ਤ ਸਾਹਿਬ ਜਵਾਬ ਲੈ ਲਓ ਨਾ ਜੀ। ਫਕਰੇ ਕੌਮ ਦਾ ਕੌਣ ਦੇ ਰਿਹਾ ਖਿਤਾਬ? ਜਥੇਦਾਰ ਅਕਾਲ ਤਖ਼ਤ, ਠੀਕ ਆ ਨਾ? ਉਹ ਕਿਹਦਾ ਲਾਇਆ ਹੋਇਆ, ਜਿਹਨੂੰ ਇਹ ਪਤਾ ਆ ਕਿ ਸਵੇਰੇ ਹੀ ਜਿਵੇਂ ਰਾਸ਼ਟਰਪਤੀ ਨੇ ਕੋਈ ਸਟੇਟ ਦੀ ਅਸੈਂਬਲੀ ਭੰਗ ਕਰਨੀ ਹੁੰਦੀ ਆ ਨਾ, ਮੈਨੂੰ ਖੁਸ਼ੀ ਪ੍ਰਤੀਤ ਹੁੰਦੀ ਹੈ ਇਹ ਅਸੈਂਬਲੀ ਭਰਨ ਕਰਨ 'ਚ, ਉਹਨੂੰ ਪਤਾ ਕਿ ਜੇ ਮੈਂ ਇਹਨਾਂ ਤੋਂ ਮਾਸਾ ਵੀ ਪਾਸੇ ਗਿਆ ਤਾਂ ਸਵੇਰੇ ਮੇਰੀ ਛੁੱਟੀ ਹੋ ਜਾਣੀ ਹੈ, ਜਿਵੇਂ ਅੱਗੇ ਹੁੰਦੀ ਰਹੀ ਆ, ਉਹਦੀ ਤਾਂ ਮਜਬੂਰੀ ਆ, ਉਹਦੇ ਕੋਲੋਂ ਜਿੰਨੇ ਮਰਜ਼ੀ ਖਿਤਾਬ ਲੈ ਲੈਣ। ਮਤਲਬ ਉਹ ਖਿਤਾਬ ਦੀ ਕਿਹੜੀ ਗੱਲ ਹੈ? ਗੱਲ ਤਾਂ ਆ ਵੀ ਕੌਮ ਕਿੰਨਾ ਖਿਤਾਬ ਦੇਣ ਡਈ ਆ, ਜਦੋਂ ਬੇਅਦਬੀ ਹੋਈ ਸੀ ਕੀ ਹਾਲ ਹੋਇਆ ਸੀ, ਵੀ ਸੜਕਾਂ 'ਤੇ ਆਪਾਂ ਨਿਕਲ ਨਹੀਂ ਸਕਦੇ, ਤੁਸੀਂ ਵੀ ਨਾਲ ਸੀ ਉਸ ਵੇਲੇ ਬੇਅਦਬੀ ਵੇਲੇ, ਤੁਸੀਂ ਵੀ ਅਕਾਲੀ ਦਲ ਦਾ ਹਿੱਸਾ ਸੀ। ਮੈਂ ਅਸਤੀਫਾ ਦਿੱਤਾ ਸੀ ਜਦੋਂ ਰਾਮ ਰਹੀਮ ਨੇ ਨੂੰ ਇਹਨਾਂ ਨੇ ਮੁਆਫੀ ਦਿੱਤੀ ਆ, ਮੈਂ ਅਕਾਲੀ ਦਲ 'ਚ ਰਹਿੰਦਿਆਂ ਹੋਇਆਂ ਬਕਾਇਦਾ ਫੇਸਬੁੱਕ 'ਤੇ ਗਾਲਾਂ ਕੱਢੀਆਂ ਸਨ,
फेसबुक के उत्ते कहते नाल सी मैं जदों ये सिंह शहीद करते बेदबी होंगी है जिहड़े रौला पाउंदे आ गुरप्रताप सिंह टिक्के वर्गे जी चेयरमैनी हंडाई चेयरमैनी हंडाई नहीं चेयरमैनी छड्डी 5 महीने पहला मैनूं चेयरमैनी मिलती है 2 साल मैं जो होर चेयरमैन रहना सी मैं तो छड्डी है कौन छड्डदा तुसीं किन्ने कि छड्डदे जां होर किन्नेयां कि ने उपकार सिंह संधू तों अलावा मैनूं दस दिओ सारे श्रोमणी अकाली दल च मेरे लैवल दे किहड़े लीडर ने अस्तीफा दिता सी किन्ने छड्डी सी मैं तो छड्डी पर वड्डा सवाल हुण फिर उत्थे आउंदा कि लोग सड़ेआम कह रहे ने कि अमृतपाल जिहड़े ने उहनां दे बयान जिहड़े भड़काऊ भाषा दे ने भड़काणगे हिंदू सिख भाईचारक सांझ नूं खतरा पैंदा पिआ लोकां ने कदों नहीं सी कहा गुरु नानक देव पातशाह इस करके मैं इतिहास वाल तुहानूं फड़िआ गुरु नानक देव पातशाह तों लै के अज तक कदों लोगों ने नहीं किया लोग तो भगतान नूं भी नहीं बख्शते रहे गुरु साहबां नूं भी नहीं बख्शते रहे लोगों की सच्चे मार्ग चलदिआं कोई परवाह करन दी लोड़ नहीं किसे दी परवाह नहीं किसे कहे किसे केरी बाहर सच्चे ना बंदा सच दे मार्ग ते चल रहा जां ते तुसीं दसो जिहड़े गल्लां कर रहे आ ਉਹ ਕੋਈ ਤੱਥ ਦੇ ਆਧਾਰ ਤੇ ਦੱਸਣ ਵੀ ਉਹ ਸਮਾਜ ਵਿਰੋਧੀ ਫਲਾਣਾ ਕੰਮ ਸਮਾਜ ਵਿਰੋਧੀ ਕਰ ਰਿਹਾ ਆਪਾਂ ਸੁਖਵਿੰਦਰ ਰੰਧਾਵਾ ਦੀ ਗੱਲ ਕਰ ਲਈਏ ਸੁਖਜਿੰਦਰ ਸਿੰਘ ਰੰਧਾਵਾ ਖੁਦ ਅੰਮ੍ਰਿਤਧਾਰੀ ਨੇ ਹਾਂਜੀ ਤੇ ਫਿਰ ਉਹ ਵੀ ਬਤੌਰ ਸਿੱਖ ਹੀ ਗੱਲ ਕਰ ਰਹੇ ਨੇ ਨਾ ਵੇਖੋ ਅੰਮ੍ਰਿਤਧਾਰੀ ਇਹੋ ਜਿਹੇ ਵੀ ਬੜੇ ਹੈਗੇ ਆ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਜਿਹੜੇ ਸ਼ਾਮ ਨੂੰ ਕਿਰਪਾਨ ਕਿੱਲੀ ਨਾਲ ਟੰਗ ਲੈਂਦੇ ਆ ਮੈਂ ਇਹ ਰੰਧਾਵਾ ਸਾਹਿਬ ਬਾਰੇ ਲਫ਼ਜ਼ ਨਹੀਂ ਬੋਲ ਰਿਹਾ ਵੈਸੇ ਉਹ ਜੇ ਮੈਂ ਗੱਲ ਕਰਨ ਡਿਆ ਉਹ ਅੰਮ੍ਰਿਤਧਾਰੀ ਨੇ ਤੇ ਇਹ ਜ਼ਰੂਰੀ ਨਹੀਂ ਹੁਣ ਅੰਮ੍ਰਿਤਧਾਰੀ ਹੋ ਗਏ ਉਹਨਾਂ ਨੂੰ ਪਾਰਟੀ ਪਿਆਰੀ ਆ ਗੱਲ ਤਾਂ ਇਹ ਆ ਕਿ ਅੰਮ੍ਰਿਤਧਾਰੀ ਹੋ ਗਏ ਅੰਮ੍ਰਿਤਧਾਰੀ ਤੇ ਇੱਕ ਐਡਮਿਸ਼ਨ ਆ ਨਰਸਰੀ ਦੇ ਵਿੱਚ ਅੰਮ੍ਰਿਤ ਛਕ ਲਿਆ ਉੱਤੇ ਬਣ ਗਏ ਗੱਲ ਤੇ ਅੱਗੋਂ ਮੁੜ ਕੇ ਸਟਾਰਟ ਹੁੰਦੀ ਆ ਜਿਹੜਾ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਸੀਸ ਦੇਣਾ ਉਹ ਪੜ੍ਹਾਈ ਵੀ ਅੱਗੋਂ ਸ਼ੁਰੂ ਹੁੰਦੀ ਆ ਤੇ ਉਹ ਪ੍ਰੈਕਟੀਕਲੀ ਉਹਦੇ ਉੱਤੇ ਅੱਗੋਂ ਜਦੋਂ ਚੱਲਣਾ ਹੈ ਜੇ ਉਹ ਕਹਿ ਰਹੇ ਆ ਤੇ ਇਹਦਾ ਮਤਲਬ ਇਹ ਨਹੀਂ ਵੀ ਇੱਕ ਅੰਮ੍ਰਿਤਧਾਰੀ ਨੇ ਕਿਸੇ ਨੇ ਗਾਤਰਾ ਪਾਇਆ ਉਹ ਨਹੀਂ ਸਮਝ ਰੱਖਦਾ ਇਹ ਵੀ ਜ਼ਰੂਰੀ ਨਹੀਂ ਕਿ ਹਰ ਬੰਦਾ ਗੁਰ ਇਤਿਹਾਸ ਜਾਂ ਪੁਰਾਣੇ ਇਤਿਹਾਸ ਦੀ ਕੋਈ ਸਮਝ ਰੱਖਦਾ ਜਾਂ ਗੁਰਬਾਣੀ ਦੀ ਸਮਝ ਕਿੰਨੀਆਂ ਤੋਂ ਗਲਤ ਬੋਲ ਦਿੰਦੇ ਅੰਮ੍ਰਿਤ ਛਕੇ ਵਾਲੇ ਵੀ ਉਹ ਆਪਣਾ ਜਿਹੜਾ ਹੈਗਾ ਰਣਜੀਤ ਸਿੰਘ ਗੌਰ ਤਖਤ ਸਾਹਿਬ ਦਾ ਪਟਨਾ ਸਾਹਿਬ ਦਾ ਉਹ ਕਿੰਨੇ ਤੋਂ ਗੁਰਬਾਣੀ ਦੀ ਗਲਤ ਬੋਲਤੀ ਸੀ ਉਹਨੇ ਬਿਲਕੁਲ ਪਰ ਹੁਣ ਇੱਕ ਪਾਸੇ ਦੂਸਰੇ ਪਾਸੇ ਜਿਸ ਤਰ੍ਹਾਂ ਦੀ ਮਾਹੌਲ ਦੀ ਅੱਜ ਕੱਲ੍ਹ ਚੱਲ ਰਹੀ ਹੈ ਕੀ ਸਮਝਦੇ ਹੋ ਕਿ 84 'ਚ ਵੀ ਇੱਦਾਂ ਦਾ ਮਾਹੌਲ ਸੀ ਕਈ ਲੋਕ ਕਹਿ ਰਹੇ ਕਿ 84 ਯਾਦ ਆ ਰਹੀ ਹੈ 84 'ਚ ਵੀ ਇੱਦਾਂ ਦਾ ਮਾਹੌਲ ਸੀ ਅਤੇ ਅਚਾਨਕ ਮਾਹੌਲ ਵਿਗੜ ਜਾਂਦਾ ਅਤੇ 30-35 ਹਜ਼ਾਰ ਹਿੰਦੂਆਂ ਦਾ ਵੀ ਕਤਲੇਆਮ ਹੋ ਗਿਆ ਉਸ ਤੋਂ ਬਾਅਦ ਪਹਿਲਾਂ ਮੈਂ 30-35 ਹਜ਼ਾਰ ਹਿੰਦੂਆਂ ਦੇ ਕਤਲੇਆਮ ਦੀ ਗੱਲ ਕਰ ਲਵਾਂ ਬੜੀ ਵਾਰੀ ਸੁਣਨ ਨੂੰ ਪੈਂਦਾ ਸੁਣਨਾ ਪੈਂਦਾ ਬਹੁਤ ਸਾਰੇ ਅੰਕੜੇ ਵੀ ਪੇਸ਼ ਕਰਦੇ ਰਾਜਨੀਤਿਕ ਪਾਰਟੀਆਂ ਪੇਸ਼ ਕਰਦੀਆਂ ਜੀ ਅੱਜ ਤੱਕ ਇੱਕ ਵਾਰੀ ਨਹੀਂ ਅੰਕੜਾ ਪੇਸ਼ ਕੀਤਾ ਤੁਸੀਂ ਲਫ਼ਜ਼ ਵਰਤਾ ਅੰਕੜੇ ਅੰਕੜੇ ਪੇਸ਼ ਕੀਤੇ ਸਨ ਜਸਵੰਤ ਸਿੰਘ ਖਾਲੜੇ ਨੇ 25 ਹਜ਼ਾਰ ਨੌਜਵਾਨ ਨਿਹੱਥੇ ਨਿਰਦੋਸ਼ ਮਾਰ ਦਿੱਤੇ ਗਏ ਸੀ ਜਿਸ ਕਰਕੇ ਉਹਨੂੰ ਮਾਰ ਦਿੱਤਾ ਗਿਆ ਸੀ ਜਸਵੰਤ ਸਿੰਘ ਖਾਲੜੇ ਨੂੰ ਉਹਨੇ ਅੰਕੜੇ ਪੇਸ਼ ਕੀਤੇ ਸੀ 25 ਹਜ਼ਾਰ ਦਾ ਜਿਹੜੇ ਕਹਿੰਦੇ 35 ਹਜ਼ਾਰ ਹਿੰਦੂ ਪਹਿਲੀ ਗੱਲ ਤਾਂ ਇਹ ਆ ਵੀ ਜੇ 2-4-5 ਮੰਨ ਲਓ ਕਿਤੇ ਮਾਰੇ ਗਏ ਮਤਲਬ ਮਾੜੀ ਗੱਲ ਸਿੱਖ ਸਿੱਖੀ ਇਹ ਸਿਖਾਉਂਦੀ ਨਹੀਂ ਪਰ ਉਹ ਸਿੱਖਾਂ ਵੱਲੋਂ ਨਹੀਂ ਮਾਰੇ ਗਏ ਉਹ ਏਜੰਸੀਆਂ ਵੱਲੋਂ ਬਣਾਈਆਂ ਹੋਈਆਂ ਅਜਹਾਰ ਆਲਮ ਦੀ ਸੈਨਾ ਆਪਣਾ ਉਹ ਜਿਹੜਾ ਸੀ ਨਿਹੰਗ ਪੂਲਾ ਸਮੇਧ ਸੈਨੀ ਦੀ ਸੈਨਾ ਉਹ ਲੋਕ ਤੁਸੀਂ ਮੈਨੂੰ ਦੱਸੋ ਵੀ ਇੱਕ ਕਿਸੇ ਕੌਮ ਨੂੰ ਬਦਨਾਮ ਕਰਨ ਲਈ ਕਮਿਊਨਿਟੀ ਨੂੰ ਬਦਨਾਮ ਕਰਨ ਲਈ ਤੁਸੀਂ 200 ਹਿੰਦੂ ਵੀ ਮਾਰ ਦਿਓ ਕੀ ਫਰਕ ਉਹਨਾਂ ਨੇ ਇਹ ਜਿਹੜੀਆਂ ਹਕੂਮਤਾਂ ਨੇ ਜਿਹਨਾਂ ਨੇ ਰਾਜ ਕਰਨਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਅੱਜ 40 ਹਜ਼ਾਰ ਹਿੰਦੂ ਮਾਰ ਦੇਣ 1 ਲੱਖ ਸਿੱਖ ਮਾਰ ਦੇਣ ਉਹਨਾਂ ਨੂੰ ਕੀ ਫਰਕ ਆ ਅੱਗ ਲਾਉਣੀ ਆ ਕਿਉਂ 1900 ਤੇ ਮਤਲਬ 35 ਹਜ਼ਾਰ ਵਾਲੀ ਬਿਲਕੁਲ ਗੱਲ ਝੂਠੀ ਆ ਪਹਿਲੀ ਗੱਲ ਤਾਂ ਇਹ ਆ ਇਹ ਕਦੀ ਇਹਨਾਂ ਨੇ ਅੰਕੜੇ ਦੱਸੇ ਹੋਣ ਜਿਵੇਂ ਉਹਨੇ 25 ਹਜ਼ਾਰ ਦੇ ਅੰਕੜੇ 'ਤੇ ਲਿਆਉਣ ਅੱਜ ਚੈਲੰਜ ਹੈ ਮੇਰਾ ਇਹਨਾਂ ਕੋਲ ਲਿਆਓ ਕਿੱਥੋਂ ਦੱਸੋ ਵੀ ਕਿਹੜੇ ਘਰ ਕਿਤੇ ਜਾ ਹਾਂਜੀ ਪਰ 1980 'ਚ ਖਾਲਿਸਤਾਨ ਦੀ ਮੰਗ ਹੋਈ ਹਾਂਜੀ 1984 ਤੱਕ ਖਾਲਿਸਤਾਨ ਦੀ ਮੰਗ ਨਹੀਂ ਹੋਈ ਨਹੀਂ ਹੋਈ ਨਹੀਂ ਹੋਈ ਜਿਹੜੀ ਕੌਮ ਸਿੱਖ ਕੌਮ ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਦੇ ਵੇਲੇ ਬਹੁਤ ਵੱਡੀਆਂ ਕੁਰਬਾਨੀਆਂ ਕਰਕੇ ਅਤੇ ਭਰੋਸਾ ਪ੍ਰਗਟਾਇਆ ਸੀ ਕਾਂਗਰਸ ਦੇ ਉਸ ਵੇਲੇ ਦੇ ਲੀਡਰਾਂ ਦੇ ਉੱਤੇ ਅਤੇ ਉਹਨਾਂ ਨੂੰ ਉਹਦਾ ਇਵਜ ਉਹਦੇ ਕੀ ਮਿਲਿਆ ਉਹਦਾ ਫਲ ਕੀ ਮਿਲਿਆ ਉਹਨਾਂ ਨੂੰ ਉਹਦਾ ਇੱਕ ਹੁੰਦਾ ਨਾ ਆਪਾਂ ਕੋਈ ਰਿਵਾਰਡ ਦਿੰਦੇ ਹਾਂ ਕਿਸੇ ਨੂੰ ਕਿਸੇ ਚੰਗਾ ਕੰਮ ਰਿਵਾਰਡ ਦੇ ਤੌਰ 'ਤੇ 10 ਅਕਤੂਬਰ 1947 ਨੂੰ ਇੱਕ ਸਰਕੂਲਰ ਕੱਢਿਆ ਗਿਆ ਕਿ ਸਿੱਖ ਇੱਕ ਜਰੈਮ ਪੇਸ਼ਾ ਕਰਾਉਣ ਮੈਂ ਮੇਰੇ ਕੋਲ ਪਿਆ ਸਰਕੂਲਰ ਕਹਿੰਦੇ ਜੇ ਤਾਂ ਇਹ ਵਿਖਾ ਦਿੰਦਾ ਕਹਿੰਦੇ ਤਾਂ ਮੈਂ ਬੋਲ ਦਿੰਦਾ ਇਹ ਸਰਕੂਲਰ 10 ਅਕਤੂਬਰ 1947 ਦਾ ਹੈ ਜਿਹਦੇ 'ਚ ਇਹ ਕਿਹਾ ਜਾਂਦਾ ਆ ਕਿ ਸਿੱਖਾਂ ਨੂੰ ਗੋਲੀਆਂ ਮਾਰ ਕੇ ਵੀ ਮਾਰ ਦਿੱਤਾ ਜਾਵੇ ਸਰਕਾਰੀ ਪੱਧਰ 'ਤੇ ਵੀ ਮਾਰ ਦਿੱਤਾ ਜਾਵੇ ਅਤੇ ਕੋਈ ਕਾਨੂੰਨ ਦਾ ਫਿਕਰ ਕਰਨ ਦੀ ਲੋੜ ਨਹੀਂ ਹੈ ਨਹੀਂ ਪਰ ਮੇਰਾ ਇੱਕ ਸਵਾਲ ਸੈਕਿੰਡ ਤੁਸੀਂ ਤੁਸੀਂ ਗੱਲ ਕੀਤੀ ਸੀ ਉਹ 80 ਤੱਕ ਖਾਲਿਸਤਾਨ ਮੈਂ ਉਹੀ ਉੱਥੇ ਲਿਆਉਣ ਲੱਗਾ ਸੈਕਿੰਡ ਇਹ ਆ ਕਿ ਇੱਕ ਸੰਵਿਧਾਨ ਦੇ ਵਿੱਚ ਸਿੱਖ ਲਫ਼ਜ਼ ਨੂੰ ਮਾਨਤਾ ਨਹੀਂ ਦਿੱਤੀ ਗਈ ਮੈਂ ਸਿਰਫ ਇਹ ਦੱਸਣ ਲੱਗਾ ਉਹਦੇ ਬਾਵਜੂਦ ਵੀ 65-70 ਦੀਆਂ ਲੜਾਈਆਂ ਜਾਂ ਕੋਈ ਸਿੱਖ ਨੇ ਕਦੀ ਕੋਈ ਮਤਲਬ ਕਿਤੇ ਵੀ ਕੋਈ ਇਹੋ ਜਿਹੀ ਮੰਗ ਨਹੀਂ ਉਠਾਈ 1980-81 ਦੇ ਵਿੱਚ ਸਿੱਖ ਇਹ ਮੰਗ ਉਠਾਉਂਦੇ ਨੇ
ਵੀ ਜਿਵੇਂ ਹੋਰ ਹਿੰਦੂ ਤੀਰਥ ਵੀ ਆਪਣਾ ਚਾਰ ਪੰਜ ਪਵਿੱਤਰ ਸ਼ਹਿਰ ਕਰਾਰ ਦਿੱਤੇ ਗਏ ਆ, ਕਿਸੇ ਸਿੱਖ ਨੇ ਕਦੀ ਇਤਰਾਜ਼ ਨਹੀਂ ਕੀਤਾ, ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਕਰਾਰ ਕੀ ਦਿੱਤਾ ਜਾਵੇ, ਉਹਦੇ ਵਿੱਚ ਇੱਕ ਮਤਲਬ ਆਪਾਂ ਜਲੂਸ ਕੱਢਦੇ ਹਾਂ, ਉਹਦੀ ਮੰਗ ਕਰਦੇ ਹਾਂ, ਇਹਦਾ ਕਿਸੇ ਕਮਿਊਨਿਟੀ ਨਾਲ ਕੋਈ ਸੰਬੰਧ ਨਹੀਂ, ਕਿਸੇ ਕਮਿਊਨਿਟੀ ਨੂੰ ਨੁਕਸਾਨ ਨਹੀਂ ਹੁੰਦਾ। ਦੂਸਰੇ ਦਿਨ ਹੀ ਲਕਸ਼ਮੀ ਕਾਂਤਾ ਚਾਵਲਾ, ਹਰਬੰਸ ਲਾਲ ਖੰਨਾ ਇੱਕ ਬਹੁਤ ਵੱਡਾ ਜਲੂਸ ਕੱਢ ਕੇ, ਜਿਸ ਦਿਨ ਸਿੱਖ ਕੱਢਦੇ ਆ ਕਿਸੇ ਨੂੰ ਇੱਕ ਆਂਚ ਤੱਕ ਨਹੀਂ ਆਈ ਜਾਂ ਕਿਸੇ ਨੂੰ ਕੁਛ ਕਿਹਾ ਹੋਵੇ, ਦੁਕਾਨਾਂ ਉੱਚ ਸਾੜੀਆਂ ਗਈਆਂ, ਲੁੱਟੀਆਂ ਗਈਆਂ ਜਿਹੜਾ ਇਹਨਾਂ ਨੇ ਜਲੂਸ ਕੱਢਿਆ। ਸਟੇਸ਼ਨ 'ਤੇ ਗੁਰੂ ਰਾਮਦਾਸ ਪਾਤਸ਼ਾਹ ਦੀ ਫੋਟੋ ਉੱਪਰ ਲੱਗੀ ਸੀ ਅਤੇ ਦਰਬਾਰ ਸਾਹਿਬ ਦਾ ਮਾਡਲ ਸੀ, ਫੋਟੋ ਗੁਰੂ ਰਾਮਦਾਸ ਪਾਤਸ਼ਾਹ ਦੀ, ਉਂਝ ਕਹਿੰਦੇ ਨੇ ਗੁਰੂ ਸਾਡੇ ਆ, ਉਦੋਂ ਗੁਰੂ ਇਹਨਾਂ ਦੇ, ਜਦੋਂ ਇਹਨਾਂ ਦੇ ਮਤਲਬ ਦੀ ਗੱਲ ਹੁੰਦੀ ਆ ਉਦੋਂ ਗੁਰੂ ਹਿੰਦੂਆਂ ਦੇ ਹੁੰਦੇ ਆ, ਅਤੇ ਜਦੋਂ ਬੇਅਦਬੀ ਕਰਨੀ ਆ ਗੁਰੂਆਂ ਦੀ ਉਦੋਂ ਗੁਰੂ ਸਿੱਖਾਂ ਦੇ। ਪਰ ਮੇਰਾ ਇੱਕ ਉੱਥੇ ਸਵਾਲ ਆ ਜਾਂਦਾ ਹੈ, ਮੈਂ ਉਸ ਮੈਂ ਉੱਥੇ ਕਾਲੇ ਕਾਲੇ ਪੈਂਦੇ ਸ਼ੋਰਟ ਸਵਾਲ ਰੱਖੋ, ਕਿਉਂਕਿ ਸਵਾਲ ਜਿਹੜਾ ਹੈ ਇਸ ਵੇਲੇ ਖਾਲਿਸਤਾਨ ਦੀ ਮੰਗ ਉੱਠ ਰਹੀ ਹੈ। ਹਾਂਜੀ, 1984 ਤੋਂ ਬਾਅਦ ਵੀ ਖਾਲਿਸਤਾਨ ਦੀ ਮੰਗ ਉੱਠਦੀ ਸਿੱਖਾਂ ਨੇ ਮੰਗਿਆ ਨਹੀਂ ਸੀ, ਤੇ ਉਸ ਜਲੂਸ ਦੇ ਵਿੱਚ ਇਹ ਬੋਲਿਆ ਜਾਂਦਾ ਆ, ਕੰਘਾ ਕੜਾ ਕਸ਼ ਕਿਰਪਾਨ ਭੇਜੋ ਇਹਨੂੰ ਪਾਕਿਸਤਾਨ, ਸਿਰ ਤੇ ਪਗੜੀ ਰਹਿਣ, ਨੱਕ ਤੇ ਮੱਖੀ ਬਹਿਣ ਨਹੀਂ ਦੇਣੀ, ਸਿਰ ਤੇ ਪਗੜੀ ਰਹਿਣ ਨਹੀਂ ਦੇਣੀ। ਅਸੀਂ ਤੇ ਅਸੀਂ ਤੇ ਉਦੋਂ ਵੀ ਇੱਕ ਮਿੰਟ ਉਦੋਂ ਵੀ ਖਾਲਿਸਤਾਨ ਨਹੀਂ ਮੰਗਿਆ ਗਿਆ, ਜਿਹੜੇ ਕਿ ਇਸ ਤਰੀਕੇ ਦੇ ਨਾਲ ਸਾਨੂੰ ਜਲੀਲ ਕਰ ਰਹੇ ਸਨ। ਸੰਤਾਂ ਨੇ ਇਹ ਕਿਹਾ ਸੀ 1984 ਤੋਂ ਪਹਿਲਾਂ ਇੱਕ ਵਾਰੀ ਵੀ ਖਾਲਿਸਤਾਨ ਦੀ ਮੰਗ ਨਹੀਂ ਹੋਈ ਕੌਮੀ ਤੌਰ 'ਤੇ, ਔਰ ਇਹ ਸੰਤਾਂ ਨੇ ਬਕਾਇਦਾ ਐਲਾਨ ਕੀਤਾ ਸੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕਿ ਜਿਸ ਦਿਨ ਫੌਜ ਦਰਬਾਰ ਸਾਹਿਬ 'ਤੇ ਅਟੈਕ ਕਰੇਗੀ, ਕਿਉਂਕਿ ਪਤਾ 1.5 ਸਾਲ ਪਹਿਲਾਂ ਪਤਾ ਲੱਗ ਗਿਆ ਸੀ, ਤਿਆਰੀਆਂ ਹੋ ਰਹੀਆਂ ਚਕਰਾਤਾਂ ਦੇ ਵਿੱਚ, ਸਾਰਾ ਮਾਡਲ ਬਣਾ ਕੇ ਅਤੇ ਵੀ ਸਿੱਖਾਂ ਨੂੰ ਸਬਕ ਸਿਖਾਉਣਾ, ਜਿਵੇਂ ਉਹ ਸਰਕੂਲਰ ਜਾਰੀ ਹੋਇਆ ਨਾ, ਬਿਲਕੁਲ ਉਸੇ ਤਰ੍ਹਾਂ ਸਬਕ ਸਿਖਾਇਆ ਜਾਂਦਾ ਰਿਹਾ। ਇੰਦਰਾ ਗਾਂਧੀ ਨੇ ਸਬਕ ਸਿਖਾਉਣਾ ਸੀ, ਤਾਂ ਹੀ ਉਹਨੂੰ ਹੋਰ ਕੋਈ ਦਿਨ ਨਹੀਂ ਲੱਭਾ ਜਿਸ ਦਿਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਦਿਵਸ ਸੀ ਔਰ ਸਿੱਖ ਕੌਮ ਬਹੁਤ ਜ਼ਿਆਦਾ ਸੰਗਤ ਆਈ ਸੀ, ਉਸ ਦਿਨ ਸਬਕ ਸਿਖਾਉਣਾ ਸੀ। ਅਤੇ ਉਦੋਂ ਸੰਤਾਂ ਨੇ ਕਿਹਾ ਸੀ ਫੌਜ ਅਗਰ ਦਰਬਾਰ ਸਾਹਿਬ 'ਤੇ ਚੜ੍ਹ ਕੇ ਆਵੇਗੀ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਉਹ ਜਿਹੜੀ ਨੀਂਹ ਰੱਖੀ ਗਈ ਆ ਨਾ, ਉਹ ਰੱਖੀ ਗਈ ਆ, ਉਹ ਗੱਲ ਸਾਧ ਬਚਨ ਅਟਲਾਦਾ, ਉਹ ਪੂਰਾ ਹੋਣਾ ਕਿਸੇ ਤਰ੍ਹਾਂ ਵੀ ਹੋ ਜਾਵੇ, ਅਤੇ ਉਹਦੇ ਲਈ ਸਿੱਖ ਦੋਸ਼ੀ ਨਹੀਂ ਗਏ। ਪਰ ਸਿੱਖਾਂ ਨੇ ਭਰੋਸਾ ਕੀਤਾ, ਫਿਰ ਸਿੱਖਾਂ ਨੇ ਇਤਬਾਰ ਕੀਤਾ, ਸਿੱਖਾਂ ਨਾਲ ਗਦਾਰੀ ਹੋਈ, ਬੜੀਆਂ ਗੱਲਾਂ ਦੀ ਹੋਈ, ਪਰ ਪਾਣੀ ਗੈਰ ਕਾਨੂੰਨੀ ਤੌਰ 'ਤੇ ਖੋਹ ਕੇ ਲੈ ਗਏ, ਭਾਸ਼ਾ ਦੇ ਆਧਾਰ 'ਤੇ ਵੰਡ ਹੋਣੀ ਸੀ ਸਾਰੇ ਦੇਸ਼ ਦੀ ਹੋਈ, ਪਰ ਪੰਜਾਬ ਨੂੰ 10 ਸਾਲ ਮੋਰਚਾ ਲਾਉਣਾ ਪਿਆ, ਰਾਜਧਾਨੀਆਂ ਸਾਰੇ ਸੂਬਿਆਂ ਕੋਲੋਂ ਹੈਗੀਆਂ, ਪੰਜਾਬ ਦੀ ਕੋਈ ਰਾਜਧਾਨੀ ਨਹੀਂ, ਉਹ ਵੀ ਜਿਹੜੀ ਹੈਗੀ ਉਹ ਵੀ ਖੋਲ੍ਹੀ, ਬੜੀਆਂ ਇੱਕ ਵਿਤਕਰਾ ਨਹੀਂ, BBMB ਸਭ ਕੁਛ ਕਹਿੰਦੇ, ਮਤਲਬ ਸੂਬਾ ਪੰਜਾਬ, ਸੂਬਾ ਪੰਜਾਬ ਉਂਝ ਸੂਬਾ ਵੈਸੇ ਭਾਰਤ ਦਾ ਆ, ਪਰ ਜਦੋਂ ਖੋਣ ਲੱਗਿਆ ਉਦੋਂ ਇਹ ਵੇਖ ਕੇ ਕੀਤਾ ਜਾਂਦਾ ਹੈ ਕਿ ਇਹ ਸਿੱਖਾਂ ਦਾ ਸੂਬਾ ਆ, ਅਤੇ ਕਦੀ ਵੀ ਜੋ ਕੁਛ ਖੋਇਆ ਗਿਆ ਆ ਸਿੱਖਾਂ ਤੋਂ ਇਲਾਵਾ, ਪੰਜਾਬ ਦੇ ਸਿੱਖਾਂ ਤੋਂ ਇਲਾਵਾ ਹੋਰ ਕਿਸੇ ਕਮਿਊਨਿਟੀ ਨੇ ਕਦੀ ਆਵਾਜ਼ ਨਹੀਂ ਸੀ ਉਠਾਈ, ਕੋਈ ਰੌਲਾ ਨਹੀਂ ਸੀ ਪਾਇਆ। ਇਸ ਕਰਕੇ ਜਦੋਂ ਕਿਸੇ ਘਰ ਦੇ ਵਿੱਚ, ਪਰਿਵਾਰ ਦੇ ਵਿੱਚ 5 ਜੀਅ ਆ ਅਤੇ ਤੁਸੀਂ ਇੱਕ ਬੰਦੇ ਦਾ ਨੱਕ 'ਚ ਦਮ ਕਰ ਦਿਓਗੇ, ਉਹਨੂੰ ਉਹਦੇ ਹੱਕ ਵੀ ਖੋਲੋਗੇ, ਉਹਦੇ ਨਾਲ ਜਾਤੀਆਂ ਕਰੋਗੇ, ਉਹ ਅੱਕ ਕੇ ਕਹੂਗਾ ਕਿ ਮੈਨੂੰ ਵੱਖ ਕਰ ਦਿਓ। ਪਰ ਬਿਕਰਮ ਮਜੀਠੀਆ ਰਾਣੇ ਉਸ ਦਿਨ ਸਪੀਚ ਦਿੱਤੀ, ਉਹਨਾਂ ਨੇ ਕਿਹਾ ਕਿ ਜੇਕਰ ਖਾਲਿਸਤਾਨ ਵੀ ਚਾਹੀਦਾ ਉਹ ਤਦ ਮਿਲੂਗਾ ਜੇ ਲੋਕ ਚਾਹਣਗੇ, ਤਾਂ ਇਹ ਲੋਕ ਚਾਹੁਣਗੇ ਨਾ ਚਾਹੁਣਗੇ, ਬਿਕਰਮ ਸਿੰਘ ਮਜੀਠੀਆ ਨੇ ਸਰਟੀਫਿਕੇਟ ਨਹੀਂ ਦੇਣਾ। ਮਤਲਬ ਅੱਜ ਵੀ ਇਹ ਚੰਗੀ ਤਰ੍ਹਾਂ ਰੱਖ ਲੈਣ, ਬਰਾਬਰ ਦੇ ਸ਼ਹਿਰੀ ਬਣਾ ਕੇ ਰੱਖ ਲੈਣ, ਮੰਗ ਸ਼ਾਇਦ ਆਪੇ ਹਟ ਜਾਵੇ। ਜਿਹੜੀ ਗੱਲ ਲੋਕ ਚਾਹੁਣਗੇ ਦੀ ਗੱਲ ਹੈ ਨਾ, ਜਿਹੜੇ ਲੋਕ ਕਹਿੰਦੇ ਲੋਕ ਤਾਂ ਚਾਹੁੰਦੇ ਨਹੀਂ, ਚਲੋ ਕੋਈ ਗੱਲ ਨਹੀਂ ਚਾਹੁੰਦੇ, ਫਿਰ ਕੀ ਹੈ, ਸਾਰੇ ਲੋਕ ਆਜ਼ਾਦੀ ਨਹੀਂ ਸੀ ਚਾਹੁੰਦੇ। ਜਦੋਂ 1947 'ਚ ਦੇਸ਼ ਆਜ਼ਾਦ ਹੋਇਆ, ਤੁਸੀਂ ਕੀ ਸਮਝਦੇ ਵੀ ਸਾਰੀ ਜਿੰਨੀ ਆਬਾਦੀ ਸਾਰੀ ਆਜ਼ਾਦੀ ਚਾਹੁੰਦੀ ਸੀ? ਨਹੀਂ ਸੀ ਚਾਹੁੰਦੀ, ਬਹੁਤ ਥੋੜ੍ਹੇ ਲੋਕ ਤੁਰੇ ਸੀ। ਹਮੇਸ਼ਾ ਹੀ ਇਸ ਤਰ੍ਹਾਂ ਹੁੰਦਾ, ਹਰ ਆਜ਼ਾਦੀ ਦੀ ਲੜਾਈ 'ਚ ਇਵੇਂ ਹੀ ਹੁੰਦਾ ਵੀ ਸਾਰੇ ਤੇ ਸਾਰੇ ਨਹੀਂ ਤੁਰ ਪੈਂਦੇ। ਆਪੇ ਜਦੋਂ ਗੱਲ 'ਤੇ ਮੈਂ ਗੱਲ ਕਰਨ ਡਿਆ ਵੀ ਇੰਨਾ ਚਿਰ ਨਹੀਂ ਮੰਗਿਆ ਤੁਸੀਂ, ਉਹ 1947 ਤੋਂ ਲੈ ਕੇ 84 ਤੱਕ ਕਿੰਨੀਆਂ ਵਧੀਕਾਂ ਹੁੰਦੀਆਂ ਰਹੀਆਂ ਨੇ। ਪਰ ਜੇਕਰ ਕੇਂਦਰ ਸਰਕਾਰ ਦਾ ਪੱਖ ਲੈ ਲਈਏ, ਕੇਂਦਰ ਸਰਕਾਰ ਤਾਂ ਕੀ ਕਹਿੰਦੀ ਹੈ, ਸਿੱਖਾਂ ਨੂੰ ਸਭ ਤੋਂ ਜ਼ਿਆਦਾ ਮਾਣ ਸਤਿਕਾਰ ਕਹਿੰਦੇ ਅਸੀਂ ਦਿੱਤਾ, ਕਿਸ ਤਰ੍ਹਾਂ ਸਿੱਖ ਪ੍ਰਾਈਮ ਮਿਨਿਸਟਰ ਬਣੇ, ਸਿੱਖ ਰਾਸ਼ਟਰਪਤੀ ਬਣੇ, ਸਿੱਖ ਫੌਜ ਦੇ ਜਰਨੈਲ ਬਣੇ। ਅੱਛਾ ਜੀ, ਅਤੇ ਹਰ ਜਿਹੜੀ ਉੱਚੀ ਪਦਵੀ ਦੇ ਉੱਤੇ ਇੱਕ ਸਿੱਖ ਨੂੰ ਨਵਾਜਿਆ ਗਿਆ। ਤੁਸੀਂ ਕਦੀ ਉਹ ਕਠਪੁਤਲੀਆਂ ਦਾ ਡਰਾਮਾ ਜਿਹਾ ਵੇਖਿਆ ਨਾਚ, ਉੱਪਰੋਂ ਉਹ ਤਾਰ ਜੀ ਬੰਨੀ ਹੁੰਦੀ ਹੈ, ਥੱਲੇ ਕਠਪੁਤਲੀਆਂ ਨੱਚਦੀਆਂ ਵੇਖੀਆਂ ਜੀ? ਬਿਲਕੁਲ, ਇਹ ਸਾਰੇ ਜਿਹਨਾਂ ਦਾ ਤੁਸੀਂ ਨਾਂ ਲੈਣ ਡਿਆ ਜੇ, ਫੌਜ ਨੂੰ ਛੱਡ ਕੇ ਫਲਾਣੇ ਨੂੰ ਰਾਸ਼ਟਰਪਤੀ ਬਣਾਉਣਤਾ, ਫਲਾਣੇ ਨੂੰ ਪ੍ਰਧਾਨ ਬਣਾਤਾ, ਉਹ ਛੱਡੋ, 117 MLA ਸਿੱਖਾਂ ਦੇ ਚੁਣੇ ਜਾਣ ਨਾ, 117 ਵੀ ਪੰਜਾਬ 'ਚ ਸਿੱਖਾਂ ਦੇ ਚੁਣੇ ਜਾਣ, ਮੰਨ ਲਓ ਸਾਰੇ
ਅਤੇ ਇਹਨਾਂ ਦੀ ਅਸੈਂਬਲੀ ਬਣ ਜਾਵੇ ਅਤੇ ਰਾਸ਼ਟਰਪਤੀ ਇੰਨੀ ਗੱਲ ਕਹਿ ਕੇ ਕਿ ਫਲਾਣੀ ਅਸੈਂਬਲੀ ਨੂੰ ਤੋੜਦਿਆਂ ਹੋਇਆਂ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਆ ਉਹ ਅਸੈਂਬਲੀ ਨੂੰ ਤੋੜ ਸਕਦਾ ਹੈ। ਅਤੇ ਉਹ ਜਿਹੜੇ ਬੰਦੇ ਜਿਨ੍ਹਾਂ ਨੂੰ ਇਸ ਕਰਕੇ ਰਾਜ ਭਾਗ ਦਿੱਤਾ ਜਾਂਦਾ ਸੀ ਵੀ ਤੁਸੀਂ ਤਗੜੇ ਹੋ ਕੇ ਸਿੱਖਾਂ ਨੂੰ ਗਾਲਾਂ ਕੱਢਣੀਆਂ, ਮਤਲਬ ਉਹ ਤਾਂ ਉਹਨਾਂ ਦੇ ਸਪੋਕਸਮੈਨ ਹੈ, ਉਹਨਾਂ ਦੀਆਂ ਕੱਠ ਪੁਤਲੀਆਂ ਸਨ। ਇਹ ਉਹਨਾਂ ਨੂੰ ਤੁਸੀਂ ਸਮੂਹ ਸਮਾਜ ਦੀ ਗੱਲ ਕਰੋ ਨਾ ਕਿ ਇੰਡੀਵਿਜੂਅਲ ਦੀ। ਪਰ ਇੰਡੀਵਿਜੂਅਲ ਡਾਕਟਰ ਮਨਮੋਹਨ ਸਿੰਘ ਹੁਣਾਂ ਦੀ ਗੱਲ ਕਰ ਲਈਏ, ਵਰਲਡ ਦੇ ਬੈਸਟ ਇਕਨੋਮਿਸਟ ਮੰਨੇ ਜਾਂਦੇ ਨੇ। ਉਹ ਤਾਂ ਉਹ ਇੰਡੀਵਿਜੂਅਲ ਪਾਰਟੀ ਨੇ ਇੰਡੀਵਿਜੂਅਲ ਨੂੰ ਉਹਦਾ ਪ੍ਰਾਈਮ ਮਿਨਿਸਟਰ ਬਣਾਇਆ, ਉਹ 'ਚ ਕਮਿਊਨਿਟੀ ਨੂੰ ਕੀ ਫਾਇਦਾ ਹੋਇਆ? ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣੇ, ਪੰਜਾਬ ਨੂੰ ਕੀ ਫਾਇਦਾ ਦਿੱਤਾ ਹੋਊ ਇੱਕ ਗਣਾ ਦਿਓ? ਇਹ ਤੇ ਸਰਕਾਰ ਐਸ ਸੀ ਜੱਟ ਲਈ ਰੌਲਾ ਪਾਉਣ ਦਾ ਸਗੋਂ ਨਹੀਂ ਸੀ ਆ ਸਕਿਆ। ਸਰਕਾਰਾਂ ਦੀ ਮੌਕੇ ਦੀ ਸਰਕਾਰਾਂ 'ਚ ਕਮੀਆਂ ਸੀ। ਨਹੀਂ ਨਹੀਂ, ਸਰਦਾਰ ਮਨਮੋਹਨ ਸਿੰਘ ਦੇ ਪੱਲੇ ਕੀ ਸੀ? 547-45 ਕਿੰਨਿਆਂ ਦਾ ਹਾਊਸ ਆ, ਠੀਕ ਆ ਨਾ? ਤੇ ਸਰਦਾਰ ਮਨਮੋਹਨ ਸਿੰਘ ਇਕੱਲਾ ਉੱਥੇ ਕੀ ਕਰ ਲੂਗਾ? ਮੈਂ ਤਾਂ ਕਿਹਾ ਵੀ 117 ਵੀ ਬਣਾ ਲਓ, 17 ਹੀ ਇੱਥੋਂ ਜੁੜ ਕੇ ਚਲੇ ਜਾਣ, 13 ਜਿੰਨੇ ਵੀ ਹੈਗੇ ਆ, ਤਾਂ ਵੀ ਕੁਛ ਨਹੀਂ ਕਰ ਸਕਦੇ। ਤੁਸੀਂ ਪਾਕਿਸਤਾਨ ਵੱਖ ਦਿੰਦੇ ਇੱਕ ਮਿੰਟ, ਤੁਸੀਂ ਪਾਕਿਸਤਾਨ ਦੇ ਕੇ ਉਸ ਤੋਂ ਬਾਅਦ ਫਿਰ ਜੰਮੂ ਕਸ਼ਮੀਰ 'ਚ ਵੱਧ ਅਧਿਕਾਰ ਵੀ ਦੇ ਦਿੰਦੇ ਜੇ ਕੌਮ ਨੂੰ, ਠੀਕ ਹੈ? ਜਿੰਨੇ ਤੁਹਾਡੇ 'ਤੇ ਭਰੋਸਾ ਕੀਤਾ, ਰੱਬ ਜਿੰਨਾ ਭਰੋਸਾ ਕਰਕੇ ਰਲ ਕੇ ਤੁਹਾਡੇ ਨਾਲ, ਤੁਸੀਂ ਕਹਿੰਦੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਨਾ ਆ, ਉਹਨਾਂ ਨੂੰ ਆਹ ਕਰਨਾ, ਜਲੀਲ ਕਰਨਾ, ਅਤੇ ਅੱਜ ਤੱਕ ਹੌਸਲਾ ਰੱਖੋ, ਸੁਣਦਾ ਅੱਜ ਤੱਕ ਜਲੀਲ ਕੀਤਾ ਜਾ ਰਿਹਾ ਹੈ। ਰਾਮ ਰਹੀਮ ਜਿਹੜਾ ਅਦਾਲਤਾਂ ਦੇ ਵੱਲੋਂ ਡਿਕਲੇਅਰ ਹੋ ਚੁੱਕਾ ਆ ਉਹ ਦੋਸ਼ੀ ਆ, ਬਲਾਤਕਾਰੀ ਆ, ਕਿੰਨਾ ਕੁਛ ਉਹਨੇ ਜ਼ੁਲਮ ਕੀਤੇ ਨੇ, ਉਹ ਤਾਂ ਪਰੋਲਾਂ ਦੇ ਆ ਕੇ ਬਾਹਰ ਅਤੇ ਕਈ ਕੁਛ ਕਹਿੰਦੇ ਰਾਈਟ ਬੰਦੀ ਸਿੰਘ, ਹਾਂਜੀ, ਸਿੰਘਾਂ ਦਾ ਜਿਹੜੇ ਸਜ਼ਾਵਾਂ ਭੁਗਤ ਚੁੱਕੇ ਹੋਏ ਡਬਲ, ਉਹਨਾਂ ਦਾ ਕੋਈ ਰਾਈਟ ਨਹੀਂ? ਜਿਹੜੇ ਤੁਹਾਡੇ ਕਾਨੂੰਨ ਦੀਆਂ ਸਜ਼ਾਵਾਂ ਭੁਗਤ ਚੁੱਕੇ ਨੇ ਬੰਦੀ ਸਿੰਘ, ਉਹਨਾਂ ਦਾ ਕੋਈ ਰਾਈਟ ਨਹੀਂ ਗਾ? ਫਿਰ ਇਹੋ ਜਿਹੇ ਅਸੀਂ ਰੋਂਦੇ ਹਾਂ ਵੀ ਰਾਈਟ ਸਿੱਖਾਂ ਦਾ ਕੋਈ ਰਾਈਟ ਨਹੀਂ, ਬਾਕੀ ਸਾਰਿਆਂ ਦਾ ਰਾਈਟ ਹੈਗਾ, ਸਿਰਫ ਸਿੱਖ ਦਾ ਰਾਈਟ ਨਹੀਂ ਹੈਗਾ। ਇੱਥੇ ਅਸੀਂ ਗੁਲਾਮ ਹਾਂ, ਠੋਕ ਵਜਾ ਕੇ ਮੈਂ ਕਹਿੰਦਾ ਅਸੀਂ ਗੁਲਾਮ ਹਾਂ, ਤੁਸੀਂ ਦੱਸ ਸਕਦੇ ਤਾਂ ਦੱਸ ਦਿਓ ਵੀ ਤੁਸੀਂ ਇਸ ਤਰ੍ਹਾਂ ਗੁਲਾਮ ਨਹੀਂ ਹੈਗੇ। ਮੈਂ ਤੁਹਾਨੂੰ ਸਾਰੀਆਂ ਗੱਲਾਂ ਗੜਾ ਦਿੰਦਾ। ਆਖਰੀ ਸਵਾਲ ਲਾਂਗਾ ਤੁਹਾਡੇ ਕੋਲ ਕਿ ਤੁਸੀਂ ਆਮਲੇ ਸਮੇਂ 'ਚ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਕਿੱਦਾਂ ਚੱਲੂਗਾ, ਕਿਉਂਕਿ ਹੁਣ ਰਾਜਨੀਤਿਕ ਪਾਰਟੀਆਂ ਤਾਂ ਇੱਕੋ ਗੱਲ ਕਹਿ ਰਹੀਆਂ ਨੇ ਕਿ ਅੰਮ੍ਰਿਤਪਾਲ ਦੇ ਭੜਕਾਊ ਭਾਸ਼ਣ ਨੇ ਸਮਾਜ ਨੂੰ ਅੱਗ ਲੱਗੂਗੀ, ਤੁਸੀਂ ਕਿਵੇਂ ਵੇਖਦੇ ਹੋ ਇਹਨਾਂ ਭਾਸ਼ਣਾਂ ਨੂੰ? ਰਾਜਨੀਤਿਕ ਪਾਰਟੀਆਂ ਜੋ ਮਰਜ਼ੀ ਕਹੀ ਜਾਣ, ਅੰਮ੍ਰਿਤਪਾਲ ਸਿੰਘ, ਮੈਂ ਜਦੋਂ ਕੱਲ੍ਹ ਮਿਲ ਕੇ ਆਇਆ, ਤਿੰਨ ਬੰਦੇ ਮੇਰੇ ਵਾਕਫ ਮਿਲੇ ਆ, ਦਾੜੀਆਂ ਕੱਟੀਆਂ, ਅੰਮ੍ਰਿਤਪਾਲ ਸਿੰਘ ਬਬਲੂ ਵੀ ਨਾਲ ਸੀ, ਅੰਮ੍ਰਿਤ ਛਕਿਆ ਉਹਨਾਂ 'ਚੋਂ ਸਾਰਿਆਂ ਨੇ, ਉਹਨਾਂ ਤਿੰਨਾਂ ਨੇ ਅੰਮ੍ਰਿਤ ਛਕਿਆ। ਇੱਕ ਬੰਦਾ ਉਹਨਾਂ 'ਚੋਂ, ਉਹ ਮੋਨੀ ਦਾ ਵੀ ਵਾਕਫ ਜੇ, ਉਹ ਕੋਈ 14-15 ਹਜ਼ਾਰ ਦਾ ਘਰੋਂ ਸਹਿੰਦਾ ਸੀ, ਫਾਈਨੈਂਸਿੰਗ ਦਾ ਕੰਮ ਸੀ, 14-15 ਹਜ਼ਾਰ ਦਾ ਨਸ਼ਾ ਰੋਜ਼ ਕਰਦਾ ਸੀ, ਉਹ 25 ਦਿਨ ਤੋਂ ਨਸ਼ਾ ਛੱਡ ਕੇ ਅੰਮ੍ਰਿਤ ਛੱਕ ਕੇ ਅੰਮ੍ਰਿਤਧਾਰੀ ਬਣਿਆ ਗਿਆ। ਇਹ ਮਾੜਾ ਕੰਮ ਕਰਨ ਡਿਆ ਆ ਅੰਮ੍ਰਿਤਪਾਲ ਸਿੰਘ, ਵੀ ਪੰਜਾਬ ਦੀ ਨੌਜਵਾਨੀ ਜਿਹੜੀ ਨਸ਼ਿਆਂ 'ਚ ਮਰ ਰਹੀ ਸੀ, ਰੋਜ਼ ਮਰਦੇ ਸੀ, ਉਹਨਾਂ ਨੂੰ ਬਚਾ ਕੇ ਅਤੇ ਚੰਗੇ ਜੀਵਨ ਵਾਲੇ ਪਾਸੇ ਜੋੜ ਰਿਹਾ ਹੈ, ਗੁਰੂ ਵਾਲੇ ਪਾਸੇ ਜੋੜ ਰਿਹਾ ਹੈ, ਅੰਮ੍ਰਿਤਧਾਰੀ ਬਣਾ ਰਿਹਾ, ਕੰਮ ਦੇ ਵਾਕਈ ਬੜਾ ਮਾੜਾ ਕਰ ਰਿਹਾ, ਉਹਨੂੰ ਨਹੀਂ ਕਰਨਾ ਚਾਹੀਦਾ ਹੈ। ਏਜੰਸੀਆਂ ਦਾ ਬੰਦਾ? ਹਾਂਜੀ, ਹਾਂ, ਏਜੰਸੀਆਂ ਦਾ ਬੰਦਾ ਨਾ, ਇਹਨਾਂ ਏਜੰਸੀਆਂ ਨੂੰ ਚਾਹੀਦਾ 5-7 ਬੰਦੇ ਹੋਰ ਇਹੋ ਜਿਹੇ ਦੇਣ ਪੰਜਾਬ ਨੂੰ, ਚਲੋ ਪੰਜਾਬ ਸੁਧਰ ਜਾਵੇ। ਸੁਧਰ ਜਾਏਗਾ? ਹਾਂਜੀ, ਅੰਮ੍ਰਿਤਪਾਲ ਸਿੰਘ ਵਾਲੇ, ਹਾਂ ਬਿਲਕੁਲ ਸੁਧਰ ਰਿਹਾ, ਸੁਧਰੇਗਾ, ਕਿਉਂ ਨਹੀਂ ਸੁਧਰੇਗਾ ਜੀ, ਸੁਧਾਰਿਆ ਜਾ ਰਿਹਾ, ਤੁਰਿਆ ਨਾ, ਯੂਥ ਰਿਸਪੋਂਸ ਦੇਣ ਡਿਆ ਨਾਲ ਤੁਰਿਆ, ਉਹਨੇ ਕਿਹੜੀ ਮਤਲਬ ਇਹੋ ਜਿਹੀ ਛੜੀ ਮਾਰਤੀ, ਪਹਿਲਾਂ ਵੀ ਤੁਰੇ ਬੰਦੇ ਸ਼ੁਰੂ ਹੋ ਰਹੀ ਹੈ 23 ਤਰੀਕ ਤੋਂ। ਹਾਂਜੀ ਬਿਲਕੁਲ ਜੀ, ਉਹਦਾ ਪਾਰਟ ਬਣੋਗੇ ਤੁਸੀਂ? ਹਾਂ ਬਿਲਕੁਲ ਬਣਾਂਗੇ, ਕਿਉਂ ਨਹੀਂ ਬਣਾਂਗੇ, ਚੰਗਾ ਜਿਹੜਾ ਚੰਗਾ ਕੰਮ ਉਹਦਾ ਪਾਰਟ ਬਣਾਂਗੇ। ਕੋਈ ਸਿਆਸੀ ਆਗੂ ਆਏਗਾ ਉਹਨੂੰ ਸ਼ਾਮਿਲ ਕਰੋਗੇ ਵਿੱਚ? ਹਾਂਜੀ, ਵਹੀਰ 'ਚ ਕੋਈ ਸਿਆਸੀ, ਵੇਖੋ ਉਹਦੇ ਵਿੱਚ ਤਾਂ ਹਰ ਕੋਈ ਸ਼ਾਮਿਲ ਹੋ ਸਕਦਾ, ਉਹ 'ਚ ਸਿਆਸੀ ਨਾ ਸਿਆਸੀ ਦਾ ਕੋਈ ਗੱਲ ਚੱਕ ਰੁਕਾਵਟ ਨਹੀਂ ਹੈਗੀ ਕਿਸੇ ਨੂੰ ਵੀ, ਵਹੀਰ ਦੇ ਵਿੱਚ ਹਰ ਇਨਸਾਨ, ਈਵਨ ਦੁਸ਼ਮਣ ਵੀ ਆ ਕੇ ਸ਼ਾਮਿਲ ਹੋ ਸਕਦਾ। ਹਾਂਜੀ, ਉਹ ਕੋਈ ਸਮਝਦੇ ਹੋ ਕਿ ਇਹਦੇ ਨਾਲ ਸਿੱਖੀ ਦੇ ਜਿਹੜਾ ਪਿਛਲੇ ਕੁਝ ਸਮੇਂ 'ਚੋਂ ਢਾਲ ਲੱਗੀ ਉਹਦਾ ਫਰਕ ਪਊਗਾ? ਸਿਰਫ ਸਮਝਦੇ ਨਹੀਂ, ਬਹੁਤ ਫਰਕ ਪਵੇਗਾ। ਮਤਲਬ ਜੋ ਸਾਡਾ ਪੁਰਾਣਾ ਕਲਚਰ ਸੀ, ਜੋ ਸਿੱਖੀ ਦਾ ਸਿੱਖੀ ਸਿਧਾਂਤਾਂ ਦੀ ਗੱਲ ਸੀ ਜਿਹੜੀ ਕਿ ਬੜੇ ਸਮੇਂ ਤੋਂ ਨਹੀਂ ਸੀ ਚੱਲ ਰਹੀ, ਉਹ ਸ਼ੁਰੂ ਹੋਈ ਆ। ਮਤਲਬ ਇਹ ਆ ਕਿ ਸਾਡੀ ਨੌਜਵਾਨੀ ਨਸ਼ਿਆਂ 'ਚ, ਆਹ ਗਾਣੇ ਕਲਚਰ ਗੰਦਾ ਜਿਹੜਾ ਗਾਣਿਆਂ ਦਾ, ਉਸ ਤਰ੍ਹਾਂ ਉੱਧਰ ਨੂੰ ਰੁੱਝੀ ਹੋਈ ਸੀ। ਮਤਲਬ ਜਦੋਂ ਕਿਸੇ ਨੂੰ ਕੋਈ ਦੱਸਣ ਸਮਝਾਉਣ ਵਾਲਾ ਹੀ ਨਹੀਂ, ਕੋਈ ਜਿਨ੍ਹਾਂ ਦੀ ਜ਼ਿੰਮੇਵਾਰੀਆਂ ਸੀ ਉਹ ਆਪਣੀ ਜ਼ਿੰਮੇਵਾਰੀਆਂ ਤੋਂ ਪਾਸੇ ਹੋ ਗਏ, ਉਹ ਜ਼ਿੰਮੇਵਾਰੀ ਨਿਭਾ ਰਿਹਾ, ਉਹ ਲਹਿਰ ਚੱਲੀ ਆ। ਤੁਹਾਡੀ ਜਾਣਕਾਰੀ ਲਈ, ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵੀ ਲਾਈਮ ਲਾਈਟ 'ਚ ਆਏ ਸਨ ਨਾ, ਤਾਂ ਜਿਹੜੇ ਦਾੜੀਆਂ ਦੂੜੀਆਂ ਕੱਟਦੇ ਹੁੰਦੇ ਸਨ, ਬੜੇ ਅਸੀਂ ਵੇਖਦੇ ਹਾਂ ਕਾਲਜਾਂ 'ਤੇ ਹੋਰ ਕੱਟ ਕਟਾਏ, ਉਹ ਆਪਣੇ ਆਪ ਹੀ ਮਾਹੌਲ ਦੇ ਮੁਤਾਬਕ ਸਾਫ ਸੂਰਤ ਹੋਣ ਲੱਗ ਪਏ ਸਨ। ਉਹੀ ਗੱਲ ਹੁਣ ਆ, ਉਹ ਸਿੱਖੀ ਵੱਲ ਨੂੰ ਵਾਪਸ ਆ ਰਹੇ ਆ, ਅਤੇ ਜਿਹੜੀਆਂ ਵਿਰੋਧੀ ਤਾਕਤਾਂ ਉਹਨਾਂ ਨੂੰ ਤਕਲੀਫ ਹੁੰਦੀ ਆ। ਸ਼ੁਕਰੀਆ। ਤਾਂ ਸਾਨੂੰ ਉਪਕਾਰ ਸਿੰਘ ਸੰਧੂ ਜਿਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ, ਚਰਚਾ ਕੀਤੀ ਹੈ, ਤਾਂ ਅੰਮ੍ਰਿਤਪਾਲ ਦੇ ਬਿਆਨ ਕਿਸ ਤਰ੍ਹਾਂ ਨੇ, 1980 ਦਾ ਸਮਾਂ ਕਿੱਦਾਂ ਦਾ ਸੀ, ਸੰਤਾਂ ਵੇਲੇ ਕਿੱਦਾਂ ਦਾ ਸਮਾਂ ਸੀ, ਜਿਹੜੇ ਅੰਕੜੇ ਪੇਸ਼ ਕੀਤੇ ਜਾਂਦੇ ਨੇ ਕਿੱਦਾਂ ਦੇ ਅੰਕੜੇ ਨੇ, ਉਹਨਾਂ 'ਤੇ ਇੱਕ ਵਿਸਤਾਰਪੂਰਵਕ ਚਰਚਾ ਹੋਈ ਹੈ। ਤਾਂ ਫਿਲਹਾਲ ਆਉਣ ਵਾਲਾ ਸਮਾਂ
वो कहिंदे ने चंगा होएगा क्योंकि जिहड़े लोग नौजवान खास करके जिहड़े नशे च पीड़ित ने जिहड़े उन्हां करके अपनी जान गवा रहे ने अगर वो सिक्खी नाल जुड़ रहे ने तां उन्हां नूं इक नवा मोटिव मिलेगा तां तरक्की होएगी तां कितें ना कितें अमृतपाल हणा दी जिहड़ी हिमायत दे विच उपकार सिंह संधू नितरे ने पर वड्डा सवाल है कि सफ़र बहुत लंबा है औखा है इस नूं किवें पार पाया जाएगा राजनीतिक लोग क्या अपने बयानबाजी तो अपना गुरेज करनगे लेकिन फिलहाल वहीर शुरू हो रही है उस तो पहले बहुत सारे लोग जिहड़े ने भाई अमृतपाल सिंह हुणां नाल जुड़ रहे ने तो उपकार सिंह संधू हुणां च इक वड्डा नाम सी अज असीं उन्हां नाल चर्चा कीती है तो होर भी ऐसे लोग जिहड़े ने कि कुछ बोलना चाहुंदे ने असीं उन्हां नाल जरूर चर्चा करांगे उन्हां दे विचार पेश करन दी कोशिश करांगे और उम्मीद करांगे कि चंगे हैल्दी विचार सामने आन जिहदे नाल कि लोकां नूं चंगी सेध मिल सके कैमरामैन अजय दे नाल सुमित खन्ना ग्रेट पंजाब टीवी अमृतसर।